ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਇਸ ਪ੍ਰੋਗਰਾਮ ਨੂੰ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜਿਹੜਾ ਟਾਈਮ ਹੁੰਦਾ ਉਹ 7 ਤੋਂ 8 ਹੁੰਦਾ ਔਰ ਅਸੀਂ ਤਾਕੀਦ ਕਰਦੇ ਹਾਂ ਕਿ ਤੁਸੀਂ 7 ਤੋਂ 8 ਸੋਮਵਾਰ ਤੋਂ ਲੈ ਕੇ ਵੈਸੇ ਤਾਂ ਹੋਰ ਵੀ ਪ੍ਰੋਗਰਾਮ ਚੱਲਦੇ ਆ ਪਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਤੋਂ 8 ਇਸਦਾ ਜਿਹੜਾ ਪ੍ਰੋਗਰਾਮ ਦਾ ਟਾਈਮ ਹੈ ਪ੍ਰਾਈਮ ਟਾਈਮ ਜਿਹੜਾ ਉਹ ਤੁਸੀਂ ਦੇਖਣਾ ਨਾ ਭੁੱਲਿਆ ਕਰੋ ਔਰ ਨਵੇਂ ਗੈਸਟ ਔਰ ਨਵੀਂ ਨਵੀਂ ਜਾਣਕਾਰੀ ਤੁਹਾਡੀ ਅਸੀਂ ਸੇਵਾ 'ਚ ਹਾਜ਼ਰ ਕਰਿਆ ਕਰਦੇ ਹਾਂ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਦੇ ਉੱਪਰ ਵੀ ਦੇਖ ਸਕਦੇ ਹੋ ਔਰ ਜੇ ਕਦੇ ਬਾਈ ਚਾਂਸ ਤੁਸੀਂ ਪ੍ਰੋਗਰਾਮ ਦੇਖਣੋਂ ਖੁੰਝ ਗਏ ਤਾਂ ਇਸ ਦਾ ਜਿਹੜਾ ਲਿੰਕ ਹੈ ਉਹ ਤੁਸੀਂ ਸਰਚ ਕਰੋਗੇ ਜਾ ਕੇ ਫੇਸਬੁੱਕ ਦੇ ਉੱਪਰ ਵਿਜ਼ਨ ਪੰਜਾਬ ਟੀਵੀ ਕੈਨੇਡਾ ਤਾਂ ਸਾਰੇ ਦੇ ਸਾਰੇ ਪ੍ਰੋਗਰਾਮ ਚਾਹੇ ਉਹ ਇੰਡੀਆ ਤੋਂ ਪੇਸ਼ ਹੁੰਦੇ ਨੇ ਚਾਹੇ ਕੈਨੇਡਾ ਤੋਂ ਅਤੇ ਚਾਹੇ ਹੋਰ ਜਿੱਥੇ ਵੀ ਸਾਡੇ ਸਟੂਡੀਓਜ਼ ਹੈਗੇ ਨੇ ਉੱਥੋਂ ਪੇਸ਼ ਹੁੰਦੇ ਨੇ ਸਾਰੇ ਦੇ ਸਾਰੇ ਲਿੰਕ ਪਏ ਨੇ ਔਰ ਕਿਸੇ ਵੀ ਕਿਸਮ ਦੀ ਕੋਈ ਫੀਡਬੈਕ ਦੇਣੀ ਹੈ ਜਾਂ ਕਿਸੇ ਕਿਸਮ ਦਾ ਤੁਸੀਂ ਚਾਹੁੰਦੇ ਹਾਂ ਕਿ ਕੁਝ ਅਸੀਂ ਨਵਾਂ ਔਰ ਵਿਲੱਖਣ ਤੁਹਾਡੀ ਸੇਵਾ 'ਚ ਕੁਝ ਪੇਸ਼ ਕਰ ਸਕੀਏ ਤਾਂ ਤੁਸੀਂ ਨੰਬਰ ਥੱਲੇ ਇੱਕ ਫਲੈਸ਼ ਹੋ ਰਿਹਾ 905-790-9099 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹਾਂ ਔਰ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਉਹ ਅਸੀਂ GTA ਵਾਈਡ ਗੱਲ ਕਰਦੇ ਹਾਂ ਬ੍ਰੈਂਪਟਨ ਦੇ ਵਿੱਚ ਕੈਨੇਡਾ ਦਾ ਜਿਹੜਾ ਸਭ ਤੋਂ ਹੱਬ ਸ਼ਹਿਰ ਬਣਿਆ ਹੋਇਆ ਸਾਡੇ ਪੰਜਾਬੀਆਂ ਦਾ ਉਹ ਬ੍ਰੈਂਪਟਨ ਹੈ ਤੋ ਬ੍ਰੈਂਪਟਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ਼ੂ ਉਹ ਆਏ ਦਿਨ ਕੁਝ ਨਾ ਕੁਝ ਖੜ੍ਹੇ ਹੋਏ ਰਹਿੰਦੇ ਆ ਅਤੇ ਸਿਟੀ ਨਾਲ ਰਿਲੇਟਡ ਜਿਹੜੇ ਇਸ਼ੂ ਨੇ ਖਾਸ ਕਰਕੇ ਉਹਨਾਂ ਉੱਪਰ ਅਸੀਂ ਅੱਜ ਚਰਚਾ ਕਰਾਂਗੇ ਔਰ ਖਾਸ ਕਰਕੇ ਮੈਂ ਗੱਲ ਕਰਾਂ ਜਿਹੜੇ ਬ੍ਰੈਂਪਟਨ ਦੇ ਵਿੱਚ ਘਰ ਦੋ ਗੱਡੀਆਂ ਦੀ ਪਾਰਕਿੰਗ ਦਾ ਜਿਹੜੇ ਡਰਾਈਵੇ ਹੁੰਦਾ ਉਹ ਘਰਾਂ ਨੂੰ ਪਰਮਿਸ਼ਨ ਹੁਣ ਮਿਲ ਜਾਇਆ ਕਰੇਗੀ ਕਿ ਉਹ ਲੀਗਲ ਰੈਂਟਲ ਬੇਸਮੈਂਟ ਵੀ ਬਣ ਜੂਗੀ ਪਹਿਲਾਂ ਨਹੀਂ ਸੀ ਉਹ ਪਰ ਇਹਦੇ ਲਈ ਅਸੀਂ ਮੁਬਾਰਕਬਾਦ ਵੀ ਦੇਵਾਂਗੇ ਅੱਜ ਸਾਡੇ ਗੈਸਟ ਸਪੈਸ਼ਲ ਉਚੇਚਾ ਤੌਰ 'ਤੇ ਆਏ ਨੇ ਮੇਰੀ ਮੁਰਾਦ ਹੈ ਸਿਟੀ ਕੌਂਸਲਰ ਹਰਕੀਰ ਸਿੰਘ ਹੋਰਾਂ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਤੁਹਾਨੂੰ ਅਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਕੀਰ ਜੀ ਔਰ ਤੁਹਾਨੂੰ ਮੁਬਾਰਕਬਾਦ ਹੈ ਢਿੱਲੋਂ ਸਾਹਿਬ ਨੇ ਅਤੇ ਤੁਸੀਂ ਰਲ ਕੇ ਜਿਹੜਾ ਇਮੋਸ਼ਨ ਪਾਸ ਕਰਵਾਇਆ ਇਹਦੇ ਲਈ ਬਹੁਤ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਜਾ ਕੇ ਕਮਿਊਨਿਟੀ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਇਹ ਵੱਡੀ ਸਮੱਸਿਆ ਸੀ ਅਤੇ ਇਹ ਕਿਵੇਂ ਇਮੋਸ਼ਨ ਪਾਸ ਹੋਇਆ ਇਹਦੇ ਬਾਰੇ ਵੀ ਮੈਂ ਜਾਣਨਾ ਚਾਹੁੰਦਾ ਵੀ ਕਿਵੇਂ ਤੁਸੀਂ ਇਹਨੂੰ ਕਿਉਂਕਿ ਜਿਹੜੀ ਰੇਸ਼ੋ ਹੁੰਦੀ ਆ ਵੋਟਿੰਗ ਦੀ ਰੇਸ਼ੋ ਹੁੰਦੀ ਆ ਉਹ ਵੀ ਕਾਫੀ ਵੱਡਾ ਫਰਕ ਸੀ ਹਾਂਜੀ ਨਹੀਂ ਉਹ ਕਾਫੀ ਲੰਬੇ ਸਮੇਂ ਤੋਂ ਸਾਡੀ ਕਮਿਊਨਿਟੀ ਜਦੋਂ ਮੈਂ ਇਲੈਕਟਿਡ ਹੋਇਆ ਉਹ ਤੋਂ ਬਾਅਦ ਪਤਾ ਲੱਗਿਆ ਬੇਸਮੈਂਟ ਇੱਕ ਬਹੁਤ ਵੱਡਾ ਇਸ਼ੂ ਆ ਮੈਨੂੰ ਪਤਾ ਸੀਗਾ ਇਸ਼ੂ ਆ ਪਰ ਬਹੁਤ ਵੱਡਾ ਇਸ਼ੂ ਆ ਅਤੇ ਉੱਥੇ ਜਦੋਂ ਟਾਊਨ ਹਾਲ ਦੇ ਵਿੱਚ ਮੈਂ ਗਿਆ ਓਬਵੀਅਸਲੀ ਲੋਕ ਫਰਸਟ੍ਰੇਟਡ ਸੀਗੇ ਪਰ ਮੈਂ ਕਿਹਾ ਸੀਗਾ ਆਪਾਂ ਪੋਲਿਸੀ 'ਤੇ ਫੋਕਸ ਕਰੀਏ ਕਿਹੜੇ 3-4 ਚੀਜ਼ਾਂ ਆ ਸਾਡੇ ਪੋਲਿਸੀ ਦੇ ਵਿੱਚ ਜਿਹੜੇ ਸਾਡੀ ਕਮਿਊਨਿਟੀ ਤੰਗ ਆ ਅਤੇ ਉਸ ਵਿੱਚ ਫਿਰ ਜਦੋਂ ਓਬਵੀਅਸਲੀ ਪਹਿਲੇ ਦੋ ਮੀਟਿੰਗ ਦੇ ਵਿੱਚ ਇਮੋਸ਼ਨਲ ਬਹੁਤ ਸੀਗੀਆਂ ਮੀਟਿੰਗ ਅਤੇ ਉਹਦੇ ਵਿੱਚ ਉਹ ਪੁਆਇੰਟ ਨਿਕਲੇ ਨਹੀਂ ਪਰ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਇੱਕ ਤਾਂ ਪਾਰਕਿੰਗ ਦਾ ਇਸ਼ੂ ਆ ਜਿਹੜੀ ਦੂਜੀ ਪਾਰਕਿੰਗ ਸੋਰੀ ਤੀਜੀ ਪਾਰਕਿੰਗ ਸਪਾਟ ਦੀ ਲੋੜ ਆ ਉਹ ਤਾਂ ਇਸ਼ੂ ਸੀਗਾ ਕਰਕੇ ਐਵਰੀਥਿੰਗ ਐਲਸ ਪਾਸ ਸੀਗਾ ਉਹ ਪਲੰਬਿੰਗ ਦਾ ਇਲੈਕਟ੍ਰੀਕਲ ਦਾ ਅਤੇ ਉਹ ਪਾਰਕਿੰਗ ਸਪਾਟ ਦਾ ਇਸ਼ੂ ਸੀਗਾ ਅਤੇ ਜਦੋਂ ਹੋਰ ਜਾਣਕਾਰੀ ਆਪਾਂ ਲਈ ਸਾਡੇ ਰੈਜ਼ੀਡੈਂਟਸ ਤੋਂ ਸਾਨੂੰ ਪਤਾ ਲੱਗਿਆ ਜਿਹੜੇ ਉਹ ਨਿਵਾਸੀ ਆ ਜਿਹਨਾਂ ਦੇ ਟੈਨੈਂਟਸ ਆ ਉਹਨਾਂ ਦੇ ਉਹ ਆਪ ਉਹਨਾਂ ਕੋਲ ਗੱਡੀਆਂ ਨਹੀਂ ਸੀਗੀਆਂ ਉਹ ਚਾਹੁੰਦੇ ਸੀਗੇ ਬੱਸ ਵਰਤਣ ਨੂੰ ਸੋ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਕਿ ਇੱਕ ਕਰਕੇ ਮੈਂ ਇਨਵਾਇਰਮੈਂਟ 'ਤੇ ਬਹੁਤ ਵੱਡਾ ਫੋਕਸ ਆ ਮੇਰਾ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਕਿ ਨਾਲੇ ਆਪਾਂ ਪਬਲਿਕ ਟ੍ਰਾਂਸਪੋਰਟ ਦੀ ਪ੍ਰਮੋਟ ਕਰ ਸਕਦੇ ਰਾਈਟ ਨਾਲੇ ਆਪਾਂ ਜਿਹੜਾ ਅਫੋਰਡੇਬਲ ਹਾਊਸਿੰਗ 'ਤੇ ਫੋਕਸ ਕਰ ਸਕਦੇ ਪਰ ਆਪਾਂ ਇਹ ਕਰ ਨਹੀਂ ਰਹੇ ਆਪਾਂ ਐਕਚੁਅਲੀ ਇਹਨੂੰ ਬਲੋਕ ਕਰ ਰਹੇ ਹਾਂ ਸੋ ਇਸ ਕਰਕੇ ਮੈਂ ਇਹਦੇ 'ਤੇ ਇਸ ਪੋਲਿਸੀ 'ਤੇ ਥੋੜ੍ਹਾ ਜਿਹਾ ਫੋਕਸ ਕੀਤਾ ਕਾਫੀ ਰੈਜ਼ੀਡੈਂਟਸ ਨੇ ਸਾਨੂੰ ਫੋਨ ਕੀਤਾ ਫਿਰ ਉਹ ਤੋਂ ਬਾਅਦ ਜੇ ਕੋਈ ਬਾਇਲਾ ਚੇਂਜ ਕਰਨਾ ਉਹ ਇੱਕੋ ਇੱਕਦਮ ਹੀ ਨਹੀਂ ਹੁੰਦਾ ਉਹਦੇ ਵਿੱਚ ਆਪਾਂ ਸਟਾਫ ਨੂੰ ਰਿਕੁਐਸਟ ਕਰਨਾ ਉਹਨੀ ਫਿਰ ਵਾਪਸ ਆਉਣਾ ਕਹਿਣਾ ਓਕੇ ਆਪਾਂ ਸਹਿਮਤ ਆ ਇਹਨੂੰ ਚੇਂਜ ਕਰਨਾ ਪੈਣਾ ਉਹਦੇ ਵਿੱਚ 2-3 ਮਹੀਨੇ ਲੱਗ ਜਾਂਦੇ ਕਰਕੇ ਉਹਨਾਂ ਨੂੰ ਡਿਊ ਡਿਲੀਜੈਂਸ ਕਰਨਾ ਪੈਣਾ ਲੀਗਲ ਦੇ ਨਾਲ ਗੱਲ ਕਰਨੀ ਪੈਣੀ ਫਿਰ ਜਦੋਂ ਆਪਾਂ ਕਹਿ ਤਾਂ ਠੀਕ ਆ ਚੇਂਜ ਕਰ ਲਓ ਉਸ ਰਿਪੋਰਟ ਤੋਂ ਬਾਅਦ ਫਿਰ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਹਰੇਕ ਬਾਇਲਾ ਜਦੋਂ ਚੇਂਜ ਹੁੰਦਾ ਸਿਟੀ ਦਾ ਉਹਦੀ ਪਬਲਿਕ ਮੀਟਿੰਗ ਕਰਨੀ
ਕਰਨੀ ਪੈਂਦੀ ਆ ਫਿਰ ਉਹ 2 ਮਹੀਨੇ ਲੱਗ ਜਾਂਦੇ ਪਬਲਿਕ ਮੀਟਿੰਗ ਕਰਨ ਨੂੰ ਕਰਕੇ ਤੁਹਾਨੂੰ ਸਾਰਿਆਂ ਨੂੰ 60 ਡੇਜ਼ ਦੇ ਨੋਟਿਸ ਦੇਣਾ ਪੈਂਦਾ ਫਿਰ ਉਹ ਤੋਂ ਬਾਅਦ ਰਿਪੋਰਟ ਆਉਂਦੀ ਆ ਫਿਰ ਉਹਦੇ ਵਿੱਚ ਮਹੀਨਾ ਲੱਗ ਜਾਂਦਾ ਕਿ ਇਹ ਕੰਸਰਨ ਸੀਗੇ ਸਟਾਫ ਨੇ ਇੱਦਾਂ ਐਡਰੈਸ ਕਰਨੇ ਉਹ ਕੰਸਰਨ ਤੇ ਆਹ ਫਾਈਨਲ ਬਾਇਲਾ ਆ ਤੁਸੀਂ ਅਪਰੂਵ ਕਰਦੇ ਜੇ ਨਹੀਂ ਕਰਦੇ ਸੋ ਇੱਕ ਆਹ ਬਹੁਤ ਵੱਡਾ ਇਸ਼ੂ ਸੀਗਾ ਦੂਜਾ ਇਸ਼ੂ ਜੋ ਮੈਨੂੰ ਪਤਾ ਲੱਗਿਆ ਉਹ ਆ ਕਿ ਜਿਹੜੇ ਸਾਡਾ ਬਾਇਲਾ ਆ ਉਹ ਟਿਕਟਾਂ ਦੇ ਰਿਹਾ ਜੇ ਤੁਹਾਡੇ 3 ਤੋਂ ਵੱਧ ਰੈਜ਼ਿਡੈਂਟਸ ਆ ਤੁਹਾਡੇ ਅਨਰਿਲੇਟਡ ਜੇ ਰਿਲੇਟਡ ਆ ਫਿਰ ਕੋਈ ਇਸ਼ੂ ਨਹੀਂ 5-6 ਜਿਹਨੇ ਇੱਕ ਫੈਮਲੀ ਆ ਪਰ ਜਿਹੜੇ ਅਨਰਿਲੇਟਡ ਆ ਉਹਦੇ ਵਿੱਚ 3 ਤੋਂ ਵੱਧ ਜੇ ਹੋਣ ਉਹ ਤੁਹਾਨੂੰ ਟਿਕਟ ਮਿਲਦੀ ਆ ਪਰ ਜਿਹੜਾ ਅੰਟੇਰੀਓ ਬਿਲਡਿੰਗ ਕੋਡ ਆ ਜਿਸ ਵਿੱਚ ਸਾਨੂੰ ਫੋਲੋ ਕਰਨਾ ਪੈਂਦਾ ਉੱਥੇ 4 ਲਿਖਿਆ ਆ ਸੋ ਮੈਨੂੰ ਇਹ ਗੱਲ ਵੀ ਨਹੀਂ ਠੀਕ ਲੱਗੀ ਕਿ ਆਪਾਂ ਹੋਰ ਵੀ ਸਖ਼ਤ ਹੋ ਰਹੇ ਹਾਂ ਸਾਡੇ ਬਿਲਡਿੰਗ ਕੋਡ ਤੋਂ ਅਤੇ ਕਿਹਾਂ ਨੂੰ ਟਿਕਟ ਮਿਲੀ ਆ ਕਰਕੇ ਉਹਨਾਂ ਕੋਲ 4 ਸੀਗੇ ਇੰਸਟੈਡ ਆਫ 3 ਲੀਗਲ ਆ ਨੋ ਪ੍ਰੋਬਲਮ ਨਹੀਂ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਜਿਹੜੇ ਮੰਨ ਲਓ ਇੱਕ ਘਰ ਦੇ ਵਿੱਚ ਜੇ ਕਿਸੇ ਕੋਈ ਘਰ ਰੈਂਟ 'ਤੇ ਦਿੱਤਾ ਹੋਇਆ ਤਾਂ ਉਹ ਤਿੰਨੇ ਜਿਹੜੇ ਜਿਹੜੇ ਟੈਨੈਂਟ ਆ ਉਹ ਤਿੰਨੇ ਅਲੱਗ ਅਲੱਗ ਲਾਸਟ ਨੇਮ ਦੇ ਬੰਦੇ ਆ ਤਾਂ ਉਹਨਾਂ ਨੂੰ ਟਿਕਟ ਮਿਲੇਗੀ ਜੇ 4 ਆ ਜੇ 4 ਆ ਪਰ ਜਿਹੜਾ ਬਿਲਡਿੰਗ ਕੋਡ ਆ ਉਹ 4 ਅਲਾਓ ਕਰਦਾ ਉਹ 5 ਤੇ ਕਹਿੰਦੇ ਆ ਨਹੀਂ ਅਲਾਓ ਅੱਛਾ ਸੋ ਉਹ ਵੀ ਸੋਮਵਾਰ ਨੂੰ ਸਾਡੀ ਉਹਦੀ ਪਬਲਿਕ ਮੀਟਿੰਗ ਹੋ ਰਹੀ ਆ ਆਪਾਂ ਉਹਦੇ 'ਤੇ ਵੀ ਵਰਕ ਕਰ ਰਹੇ ਹਾਂ ਮੇਰੇ ਹਿਸਾਬ ਨਾਲ ਉਹ ਠੀਕ ਰਹੂਗਾ ਐਂਡ ਦੈਨ ਇੱਕ ਲਾਸਟ ਚੀਜ਼ ਸੀਗੀ ਇਹ ਵਾਰ ਵਾਰ ਆਪਾਂ ਸੁਣ ਰਹੇ ਸੀਗੇ ਅਤੇ ਆਪਾਂ ਵਿੱਚ ਮਿਡਲ ਦੇ ਵਿੱਚ ਫਸ ਜਾਂਦੇ ਉਹ ਹੁੰਦਾ ਜਦੋਂ ਇੱਕ ਇੰਸਪੈਕਟਰ ਆਉਂਦਾ ਤੇ ਕਹਿੰਦਾ ਤੁਹਾਨੂੰ ਆਹ ਚੇਂਜ ਕਰਨਾ ਪੈਂਦਾ ਤੇ ਦੂਜਾ ਇੰਸਪੈਕਟਰ ਆਉਂਦਾ ਤੇ ਕਹਿੰਦਾ ਨਹੀਂ ਤੁਸੀਂ ਵਿੰਡੋ ਐਕਚੁਅਲੀ ਗਲਤ ਕੀਤੇ ਮੁੜ ਕੇ ਕਰੋ ਬਿਲਕੁਲ ਠੀਕ ਉਹਦੇ ਵਿੱਚ ਸਾਨੂੰ ਵੀ ਬਹੁਤ ਦੁੱਖ ਲੱਗਦਾ ਕਿਉਂਕਿ ਆਪਾਂ ਆਲਰੇਡੀ 30-40,000 ਬੇਸਮੈਂਟ ਤੇ ਸਾਡੇ ਰੈਜ਼ੀਡੈਂਟਸ ਨੂੰ ਕਹਿ ਰਹੇ ਹਾਂ ਤੁਸੀਂ ਕਰੋ ਐਂਡ ਦੈਨ ਉਹ ਤੋਂ ਬਾਅਦ ਤੁਸੀਂ ਇੱਦਾਂ ਦੇ ਇਨਕਨਸਿਸਟੈਂਸੀ ਕਰਕੇ ਇਹਦਾ ਮਤਲਬ ਆ ਜਦੋਂ ਇੱਕ ਇੰਸਪੈਕਟਰ ਇੱਕ ਹੋਰ ਚੀਜ਼ ਕਹਿ ਦਿੰਦਾ ਦੂਜਾ ਇੰਸਪੈਕਟਰ ਹੋਰ ਕੁਛ ਕਹਿ ਦਿੰਦਾ ਤੁਸੀਂ ਹੋਰ ਐਡੀਸ਼ਨਲ ਭਾਰ ਪਾ ਰਹੇ ਹਾਂ ਸਾਡੇ ਟੈਨੈਂਟ ਤੇ ਇਹ ਮੈਨੂੰ ਠੀਕ ਨਹੀਂ ਲੱਗਿਆ ਸਾਡੇ ਜਿਹੜੇ ਬੇਸਮੈਂਟ ਜਿਹੜੇ ਲੈਂਡਲੋਰਡਸ ਆ ਜੋ ਮੈਂ ਦੇਖਿਆ ਓਬਵੀਅਸਲੀ ਕਈ ਇਨਵੈਸਟਰਸ ਵੀ ਆ ਪਰ ਜੇ ਆਪਾਂ ਉਹਨਾਂ ਨੂੰ ਸਾਈਡ 'ਤੇ ਰੱਖੀਏ ਇਹ ਜਸਟ ਮੋਰਗੇਜ ਦੀ ਹੈਲਪ ਚਾਹੁੰਦਾ ਜ਼ਿਆਦਾ ਰਾਈਟ ਐਂਡ ਜੇ ਇਨਵੈਸਟਰ ਵੀ ਆ ਦਰ ਨਥਿੰਗ ਰੋਂਗ ਵਿਦ ਦੈਟ ਆਪਾਂ ਯੂ ਨੋ ਜੇ ਕੋਈ ਕਮਾਈ ਕਰਦਾ ਥੋੜ੍ਹੀ ਜਿਹੀ ਆਪਾਂ ਕਰੇਜ ਵੀ ਕਰਦੇ ਹਾਂ ਨਾਲੇ ਇੱਕ ਗੱਲ ਹੋਰ ਵੀ ਹਰਕੀ ਸਿੰਘ ਜੀ ਜੇ ਕੋਈ ਇਨਵੈਸਟਮੈਂਟ ਹੋਏਗੀ ਤਾਂ ਸਿਟੀ ਨੂੰ ਵੀ ਤਾਂ ਉਹਦਾ ਪ੍ਰੋਫਿਟ ਹੋਣਾ ਐਗਜੈਕਟਲੀ ਸੋ ਇਸ ਕਰਕੇ ਉਹਦੇ 'ਤੇ ਥੋੜ੍ਹਾ ਜਿਹਾ ਸਟਾਫ ਰਿਜ਼ਿਸਟ ਕਰਦਾ ਕਿ ਮੈਂ ਉਹਨੂੰ ਕਿਹਾ ਤੁਸੀਂ ਰਾਈਡਿੰਗ ਦੇ ਵਿੱਚ ਦਿਓ ਪਰ ਹੁਣ ਮੈਨੂੰ ਲੱਗਦਾ ਕੋਈ ਸਲਿਊਸ਼ਨ 'ਤੇ ਆਪਾਂ ਪਹੁੰਚ ਰਹੇ ਹਾਂ ਜਿਸ ਵਿੱਚ ਉਹਨੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਕਰਨੀ ਆ ਇਹ ਹੈਗਾ ਲੰਬਾ ਪ੍ਰੋਸੈਸ 6-8 ਮਹੀਨੇ ਲੱਗ ਜਾਣੇ ਪਰ ਉਸ ਟੈਕਨੋਲੋਜੀ ਦੇ ਵਿੱਚ ਉਹਨੀ ਪ੍ਰੈਜੈਂਟੇਸ਼ਨ ਦੇਣੀ ਹੈ ਜਿਸ ਵਿੱਚ ਮੈਂ ਕਿਹਾ ਹਰੇਕ ਇੰਸਪੈਕਸ਼ਨ ਤੋਂ ਬਾਅਦ ਰੈਜ਼ੀਡੈਂਟਸ ਨੂੰ ਈਮੇਲ ਕਰੋ ਰਾਈਟਿੰਗ ਦੇ ਵਿੱਚ ਆਹ ਚੇਂਜਸ ਤੁਹਾਨੂੰ ਕਰਨੇ ਪੈਣੇ ਸੋ ਇਹਦੇ ਵਿੱਚ ਯੂਨੀਅਨ ਦਾ ਵੀ ਇਸ਼ੂ ਆ ਜਾਂਦਾ ਤੁਹਾਨੂੰ ਵੀ ਪਤਾ ਹੁਣ ਸਟਾਫ ਰਿਜ਼ਿਸਟ ਕਰ ਰਿਹਾ ਪਰ ਆਪਾਂ ਫੋਰਸ ਕਰ ਰਹੇ ਹਾਂ ਕਿਉਂਕਿ ਮੈਂ ਕਿਹਾ ਲਿਸਨ ਬੇਸਮੈਂਟ ਦਾ ਮੈਂ ਅੰਡਰਸਟੈਂਡ ਕਰਦਾ ਹਾਂ ਮੈਂ ਸਮਝਦਾ ਹਾਂ ਉਹ ਸਖ਼ਤ ਕਰਦੇ ਆ ਸਾਡੇ ਡੈਥ ਵੀ ਹੋਏ ਆ ਸਾਡੇ ਫਾਇਰ ਰਿਲੇਟਡ ਡੈਥ ਵੀ ਹੋਏ ਆ ਸੋ ਇਸ ਕਰਕੇ ਆਪਾਂ ਚਾਹੁੰਦੇ ਹਾਂ ਸਾਰੇ ਲੀਗਲ ਹੋਣ ਸਾਰੇ ਸੇਫ ਹੋਣ ਪਰ ਜਿਹੜੇ ਸਾਡੇ ਬਾਇਲਾ ਆ ਉਹਨਾਂ ਦੀ ਸੈਂਸ ਹੋਣੀ ਚਾਹੀਦੀ ਆ ਨਾ ਹੁਣ ਕਈ ਬਾਇਲਾਜ਼ ਆ ਮੈਨੂੰ ਪਤਾ ਸੈਂਸ ਨਹੀਂ ਹੁੰਦੀ ਜੇ ਸਾਈਡ ਐਂਟਰੈਂਸ ਦੀ ਗੱਲ ਕਰੀਏ ਜਾਂ ਹੋਰ ਗੱਲਾਂ ਕਰੀਏ ਪਰ ਉਹ ਬਿਲਡਿੰਗ ਕੋਡ ਥੱਲੇ ਆਉਂਦੇ ਆ ਉਹਦੇ ਵਿੱਚ ਸਾਡੇ ਕਹਿ ਲਓ ਸਾਡੇ ਹੈਂਡਸ ਟਾਈਡ ਆ ਪਰ ਜਿਸ ਵਿੱਚ ਸਾਡੇ ਹੈਂਡਸ ਟਾਈਡ ਨਹੀਂ ਹੈਗੇ ਜਿੱਦਾਂ 3-4 ਦੀ ਮੈਂ ਗੱਲ ਕੀਤੀ ਜਾਂ ਪਾਰਕਿੰਗ ਦੀ ਐਡੀਸ਼ਨਲ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਂ ਇੰਸਪੈਕਸ਼ਨ ਦੇ ਨੋਟ ਆਪਾਂ ਰਾਈਡਿੰਗ ਦੇ ਵਿੱਚ ਦੇਈਏ ਇੱਦਾਂ ਦੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਹੋਰ ਸੌਖਾ ਹੋ ਸਕਦਾ ਸਾਡੇ ਰੈਜ਼ੀਡੈਂਸੀ ਪਰ ਨਾ ਦੀ ਨਾਲ ਸਾਡੀ ਅਫੋਰਡੇਬਲ ਹਾਊਸਿੰਗ ਜਿਸ ਵਿੱਚ ਕੋਵਿਡ-19 ਤੋਂ ਬਾਅਦ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਇਹਦੀ ਹੋਰ ਵੀ ਜ਼ਰੂਰਤ ਆ ਬਿਲਕੁਲ ਆਪਾਂ ਉਹਦਾ ਵੀ ਹੱਲ ਕੱਢ ਸਕਦੇ ਸੋ ਇੱਕ ਨਾਲ ਦੀ ਨਾਲ ਹੋਰ ਮੈਂ ਸੁਝਾਅ ਜਿਹੜਾ ਪਿਛਲੀ ਵਾਰੀ ਵੀ ਆਪਾਂ ਨੂੰ ਫੋਨ ਕਾਲ ਤੇ ਆਇਆ ਸੀ ਕਿ ਜਦੋਂ ਕੋਈ ਇੱਕ ਇੰਸਪੈਕਟਰ ਆਉਂਦਾ ਤਾਂ ਇੱਕ ਜਿਹੜੀ ਸ਼ੀਟ ਆ ਉੱਥੇ ਜਿਹੜੀ ਹੈ ਉੱਥੇ ਸ਼ੀਟ ਲੱਗੀ ਹੋਵੇ ਮਤਲਬ ਮਾਰਕਸ਼ੀਟ ਹੋਵੇ ਜਿਹਦੇ 'ਤੇ ਇਹ ਹੋਵੇ ਕਿ ਇਹ ਮੈਂ ਦੇਖ ਚੱਲਿਆ ਇਹਦੀ ਇੰਸਪੈਕਸ਼ਨ ਹੋ ਗਈ ਹੈ ਔਰ ਇਹ ਵਾਲਾ ਠੀਕ ਆ ਪਾਰਟ ਉਸ ਤੋਂ ਬਾਅਦ ਜਿਹੜਾ ਕੋਈ ਨੈਕਸਟ ਡਿਊਟੀ 'ਤੇ ਕੋਈ ਇੰਸਪੈਕਟਰ ਆਉਂਦਾ ਤਾਂ ਉਹ ਉਸ ਪਾਰਟ ਨੂੰ ਨਾ ਛੇੜਛਾੜ ਸੋ ਇਹ ਵੀ ਚੀਜ਼ ਇੱਕ ਸੁਝਾਅ ਦੇ ਵਜੋਂ ਬਿਲਕੁਲ ਪਹਿਲਾਂ ਮੈਂ ਰਾਈਡਿੰਗ
ਦੇ ਵਿੱਚ ਚਾਹੁੰਦਾ ਸੀਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਨਹੀਂ ਨਵਾਂ ਹੀ ਟੈਕਨੋਲੋਜੀ ਕਰਨੀ ਆ ਮੈਂ ਕਿਹਾ ਅੱਜ ਹੁਣ ਬੀਬੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਸਾਰੇ ਕੋਲ ਈਮੇਲਾਂ ਹੈਗੀਆਂ ਆ ਜੇ ਲੈਂਡਲੋਰਡ ਕੋਲ ਨਾ ਹੋਵੇ ਅਟਲੀਸਟ ਜਿਹੜਾ ਬੇਸਮੈਂਟ ਕਰ ਰਿਹਾ ਉਹਦੇ ਕੋਲ ਤਾਂ ਹੈਗੀ ਆ ਰਾਈਟ ਸੋ ਮੈਂ ਕਿਹਾ ਜੇ ਆਪਾਂ ਟੈਕਨੋਲੋਜੀ ਵਰਤ ਸਕਦੇ ਹਾਂ ਕਰਕੇ ਉਹਨੇ ਵੀ ਹੁਣ ਐਪ ਤੇ ਕਰਿਆ ਕਰਨਾ ਸਾਰਾ ਕੁਛ ਰਾਈਟ ਸੋ ਉਹਦੇ ਵਿੱਚ ਹੀ ਉਹ ਕਾਪੀ ਜਿਹੜੀ ਸਿਟੀ ਨੂੰ ਜਾਂਦੀ ਆ ਉਹੀ ਮੇਰੇ ਹਿਸਾਬ ਨਾਲ ਸਾਡੇ ਰੈਜ਼ੀਡੈਂਟਸ ਦਾ ਹੱਕ ਆ ਕਿ ਉਹਨਾਂ ਕੋਲ ਵੀ ਜਾਵੇ ਫਿਰ ਉਹ ਲੀਸਟ ਇੱਦਾਂ ਨਾ ਹੋਵੇ ਕਰਕੇ ਹੁਣ ਕੀ ਹੋ ਰਿਹਾ ਜਦੋਂ ਕੋਈ ਇਸ਼ੂ ਹੁੰਦਾ ਇੰਸਪੈਕਟਰ ਕਹਿੰਦਾ ਮੈਂ ਨਹੀਂ ਕਿਹਾ ਇੱਦਾਂ ਹੋ ਜਾ ਇੱਦਾਂ ਨਹੀਂ ਹੋਇਆ ਟੈਨਟ ਕਹਿੰਦਾ ਉਹਨੇ ਇੱਦਾਂ ਕਿਹਾ ਫਿਰ ਆਪਾਂ ਮਿਡਲ ਦੇ ਵਿੱਚ ਹੋ ਜਾਂਦੇ ਇੰਗਲਿਸ਼ ਦੇ ਵਿੱਚ ਕਹਿੰਦਾ ਹੀ ਸੈਡ ਸ਼ੀ ਸੈਡ ਹਨਾ ਉਹ ਫਿਰ ਆਪਾਂ ਕਿੱਦਾਂ ਕਹਿ ਸਕਦੇ ਕੌਣ ਗਲਤ ਆ ਉਸ ਸਿਚੁਏਸ਼ਨ ਦੇ ਹੁਣ ਰਿਟਨ ਦੇ ਵਿੱਚ ਹੋਊਗਾ ਜੇ ਜਿਹੜਾ ਤੁਹਾਡਾ ਕੰਟਰੈਕਟਰ ਆ ਜੇ ਉਹਨੇ ਗਲਤੀ ਕੀਤੀ ਉੱਥੇ ਲਿਖਿਆ ਹੋਊਗਾ ਸਾਨੂੰ ਪਤਾ ਹੋਣਾ ਜੇ ਇੰਸਪੈਕਟਰ ਨੇ ਗਲਤੀ ਕੀਤੀ ਉੱਥੇ ਵੀ ਪਤਾ ਲੱਗ ਫੋਨ ਕਾਲ ਲੈ ਲਈਏ ਜੀ ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਉਧਰ ਸਾਡੀਆਂ ਐਂਟਰੈਂਸ ਕੱਢਣਾ ਹੋਈਆਂ ਬੇਸਮੈਂਟ ਦੀਆਂ ਵੀ ਜਦੋਂ ਪਾਸ ਕਰਦੇ ਆ ਉਦੋਂ ਨੀ ਇਹਨਾਂ ਨੇ ਦੇਖਿਆ ਵੀ ਇੱਧਰ 2 ਫੁੱਟ ਅਸੀਂ ਇੱਧਰ ਕਿਉਂ ਵੈਲਡਰ ਤੋਂ ਕਢਾ ਰਹੇ ਆ ਹਨਾ ਹਾਂਜੀ ਹਾਂਜੀ ਬਹੁਤ ਅੱਛਾ ਬਹੁਤ ਵੈਲਿਡ ਸਵਾਲ ਨੇ ਔਰ ਤੁਸੀਂ ਹੋਰ ਕੁਛ ਕੁਛ ਕਹਿਣਾ ਚਾਹੁੰਦੇ ਐਡ ਕਰਨਾ ਚਾਹੁੰਦੇ ਹੋ ਤੁਸੀਂ ਬਸ ਮੈਂ ਇਹੀ ਕਹਿਣਾ ਸੀ ਵੀਰ ਜੀ ਇਹ ਬਹੁਤ ਆਪਣੇ ਮੁੱਦੇ ਆ ਸਿਟੀ ਦੇ ਜੇ ਕਿਤੇ ਥੋੜਾ ਥੋੜਾ ਕੰਮ ਵੀ ਇਹਨਾਂ ਚੀਜ਼ਾਂ ਤੇ ਕੀਤਾ ਜਾਵੇ ਨਾ ਵੀ ਬਹੁਤ ਚੰਗੀ ਗੱਲ ਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਔਰ ਤੁਸੀਂ ਆਫ ਦੀ ਏਅਰ ਸੁਣ ਲਓ ਹਰਕੀਰ ਸਿੰਘ ਜੀ ਨੇ ਤੁਹਾਡੇ ਸਵਾਲ ਜਿਹੜੇ ਨੋਟ ਕਰ ਲਏ ਆ ਔਰ ਉਹਨਾਂ ਦੇ ਸਵਾਲ ਤੁਹਾਨੂੰ ਸਮਝ ਆ ਗਏ ਪਹਿਲਾ ਸਵਾਲ ਤਾਂ ਇਹ ਹੈ ਕਿ ਵੀ ਮਿਲੀਅਨ ਮਿਲੀਅਨ ਦੇ ਘਰ ਹੁੰਦੇ ਨੇ ਔਰ ਤੁਸੀਂ ਵੀ ਦੇਖਿਆ ਹੋਣਾ ਅੱਜ ਕੱਲ੍ਹ ਜਿਹੜਾ ਪਾਰਕਿੰਗ ਦਾ ਇਸ਼ੂ ਹੈ ਕਿ 2 ਗੱਡੀਆਂ ਅੱਗੇ ਖੜੀਆਂ ਹੁੰਦੀਆਂ ਡਰਾਈਵੇ ਤੇ ਵਿਚਾਲ ਦੀ ਜਿਹੜਾ ਉਹਨਾਂ ਨੇ ਕੱਢਿਆ ਹੁੰਦਾ ਜਿਹੜਾ ਆਪਣਾ ਵਾਕਵੇ ਹੈ ਫਿਰ ਪਿੱਛੇ ਇੱਕ ਛੋਟੀ ਜਿਹੀ ਜਗ੍ਹਾ ਹੁੰਦੀ ਹੈ ਜੇ ਉੱਥੇ ਬਾਈ ਚਾਂਸ ਆਪਾਂ ਗੱਡੀ ਖੜੀ ਵੀ ਕਰ ਦਿੰਦੇ ਹਾਂ ਜੇ ਕਹਿੰਦੇ ਆ ਵੀ 9 ਇੰਚ ਤੋਂ ਜ਼ਿਆਦਾ ਉਹ ਰੋਡ 'ਤੇ ਗੱਡੀ ਆ ਗਈ ਬੇਸ਼ੱਕ ਟਾਇਰ ਨਾ ਹੋਣ ਰੋਡ 'ਤੇ ਤਾਂ 9 ਇੰਚ ਤੋਂ ਜ਼ਿਆਦਾ ਗੱਡੀ ਬਾਹਰ ਆ ਗਈ ਤਾਂ ਜਿਹੜਾ ਇੰਸਪੈਕਟਰ ਹੈ ਜਿਹੜਾ ਉਹ ਇਨਫੋਰਸਮੈਂਟ ਵਾਲਾ ਉਹ ਟਿਕਟ ਲਾ ਕੇ ਚਲਾ ਜਾਂਦਾ ਤੇ ਹੁਣ ਪੁੱਛਣ ਵਾਲਾ ਇਹ ਹੋਵੇ ਵੀ ਬਿਲਡਰ ਨੇ ਜਦੋਂ ਜਗ੍ਹਾ ਛੱਡੀ ਹੈ ਤੇ ਉਹ ਸਿਟੀ ਦੇ ਨਾਲ ਸਾਰੇ ਤਾਲਮੇਲ ਕਰਕੇ ਹੀ ਛੱਡੀ ਹੈ ਨਾ ਤੇ ਫਿਰ ਜੋ ਗੱਡੀ ਖੜਾ ਦਿੰਦੇ ਆ ਤਾਂ ਉਹਦੀ ਟਿਕਟ ਦੇਣ ਦਾ ਕੀ ਮਤਲਬ ਬਣ ਜਾਂਦਾ ਇੱਕ ਤਾਂ ਇਹ ਇਹਨਾਂ ਦਾ ਸਵਾਲ ਸੀਗਾ ਸਾਈਡ ਐਂਟਰੈਂਸ ਸਾਈਡ ਐਂਟਰੈਂਸ ਮੈਂ ਉੱਥੇ ਲੈ ਕੇ ਆ ਰਿਹਾ ਹੁਣ ਜਦੋਂ ਮੈਂ ਨਾਲ ਦੀ ਨਾਲ ਗੱਲ ਕਰਦਾ ਵੀ ਕਹਿੰਦੇ ਵੀ 1 ਮਿਲੀਅਨ ਜਾਂ 12-12 ਲੱਖ ਦੇ ਘਰ ਹੈ ਹੁਣ ਬਿਲਡਰ ਨੇ ਸਾਈਡ ਐਂਟਰੈਂਸ ਦਿੱਤੀ ਹੋਈ ਹੈ ਹੁਣ ਉਹ ਆਪਾਂ ਨੂੰ ਤਾਂ ਇਹ ਲੱਗਦਾ ਵੀ ਸਾਈਡ ਐਂਟਰੈਂਸ ਹੈਗੀ ਹੈ ਬਿਲਡਰ ਨੇ ਦਿੱਤੀ ਹੈ ਔਰ ਜਦੋਂ ਘਰ ਵੀ ਖਰੀਦਦੇ ਹਾਂ ਉਹਨਾਂ ਨੇ ਕਿਹਾ ਹੁੰਦਾ ਵੀ ਇਹ ਅਸੀਂ ਇਨਸੈਂਟਿਵ ਦੇ ਰਹੇ ਹਾਂ ਕਿ ਤੁਸੀਂ ਸਾਈਡ ਐਂਟਰੈਂਸ ਲਓ ਹੁਣ ਜਦੋਂ ਉਹਨਾਂ ਨੇ ਬੇਸਮੈਂਟ ਲੀਗਲ ਕਰਵਾਉਣੀ ਹੁੰਦੀ ਹੈ ਤਾਂ ਉਹ ਸਾਈਡ ਐਂਟਰੈਂਸ ਨੂੰ ਸਿਟੀ ਮੰਨਦੀ ਨਹੀਂ ਜਦਕਿ ਬਿਲਡਰ ਨੇ ਦਿੱਤੀ ਹੋਈ ਹੈ ਇਹ ਬੜਾ ਬਹੁਤ ਵੱਡਾ ਇਸ਼ੂ ਹੈ ਜਿਹੜਾ ਨਾ ਇਹ ਇਹਨੂੰ ਵੀ ਜ਼ਰੂਰ ਤੁਸੀਂ ਇਹਦੇ ਬਾਰੇ ਮੈਂ ਤੁਹਾਨੂੰ ਇੱਦਾਂ ਐਕਸਪਲੇਨ ਕਰਦਾ ਲਿਸਨ ਉਹ ਜਿਹੜਾ ਇਹ ਏਰੀਆਜ਼ ਆ ਖਾਸ ਕਰਕੇ ਜਿੱਥੇ ਇਹ $1.2-1.3 million ਹਾਊਸ ਆ ਜੇ ਆਪਾਂ ਦੀ ਐਗਜ਼ਾਮਪਲ ਮੈਂ ਕਮਿਊਨਿਟੀ ਮੈਂ ਚਲੋ ਕਮਿਊਨਿਟੀ ਦਾ ਨਾਮ ਲੈਂਦਾ ਬਟ ਉੱਥੇ ਬਹੁਤ ਅਪਸਕਿਲ ਹੋਮਸ ਆ ਰਾਈਟ ਹੁਣ ਤਾਂ ਮੇ ਬੀ ਆਲਮੋਸਟ 2 ਮਿਲੀਅਨ ਦੇ ਹੋਣੇ ਆ ਰਾਈਟ ਤੁਸੀਂ ਹਿਸਾਬ ਲਾ ਸਕਦੇ ਮੈਂ ਕਿੱਥੇ ਦੀ ਗੱਲ ਕਰਦਾ ਠੀਕ ਆ ਜਦੋਂ ਇਹ ਓਬਵੀਅਸਲੀ ਜਿਹੜੇ ਪਲਾਨਸ ਆ ਬਹੁਤ ਚਿਰ ਪਹਿਲਾਂ ਪਾਸ ਹੁੰਦੇ ਆ ਲਾਈਕ ਜਦੋਂ ਮੈਂ ਕਹਿੰਦਾ 10 ਸਾਲ ਪਹਿਲਾਂ ਜਦੋਂ ਉਹ ਪਲਾਨ ਪਾਸ ਹੋਇਆ ਰਾਈਟ ਉਹ ਇੱਦਾਂ ਨਹੀਂ ਆਸ ਰੱਖਦੇ ਸੀਗੇ ਕਿ ਉੱਥੇ ਬੇਸਮੈਂਟ ਅਪਾਰਟਮੈਂਟ ਔਨ ਰੈਂਟ ਹੋ ਗਏ ਕਰਕੇ ਅਪਸਟਿਲ ਸਟੇਟ ਏਰੀਆ ਮੰਨਿਆ ਜਾਂਦਾ ਆ ਅਤੇ ਜੇ ਤੁਸੀਂ ਇੰਟੀਰੀਅਰ ਦੇ ਵਿੱਚ ਦੇਖੋ ਜਿਹੜੇ ਇੱਦਾਂ ਦੇ ਏਰੀਆਜ਼ ਆ ਮੈਂ ਆਪ ਖੁਦ ਕੇਂਬ੍ਰਿਜ ਗਰੋਅ ਅਪ ਕੀਤਾ ਆ ਤੁਸੀਂ ਕਦੀ ਇਮੈਜਿਨ ਨਹੀਂ ਕਰ ਸਕਦੇ ਇੱਦਾਂ ਦੇ ਏਰੀਆਜ਼ ਕਿ ਰੈਂਟਲ ਬੇਸਮੈਂਟਸ ਵੀ ਹੋ ਗਏ ਰਾਈਟ ਕਿਉਂਕਿ ਉਹ ਨਹੀਂ ਬਣੇ ਸੀਗੇ ਫੋਰ ਰੈਂਟਲ ਬੇਸਮੈਂਟ ਹੁਣ ਸਾਡੀ ਕਮਿਊਨਿਟੀ ਦੇ ਵਿੱਚ
social dynamics bahut different ah right te kyunki main aap haran reh gaya jadon ek hi areas bane ha pehla te mainu call aana piya for buses right utthe koi aas nahi rakhda se utthe bus di load hogi right par utthe community basement apartments jede ah oh mortgage de chalo help hundi hai and all that hai na par je apa dekhi hor communities oh idda nahi karde in upscale estate areas so is karke oh jede pass hoye hua hai oh pass ta hoye hua for personal use oh pass nahi hoye for landlord tenants ke apa karke oh area they're very nice upscale right But having said that, when city totally understand karna pe ke jithe edan de areas aa sanu load aa ke apa basement di oh taiyari kariye karke jehdi community aa main edan vi nahi kahunga punjabi sirf aa karke jehda Brampton da culture aa oh gore vi follow karde aa sade black community vi follow karde aa basement apartments bahut vadda cross cultures aa in Brampton khas karke ji bilkul te So, इस करके जिहड़े हुण नवें एरिया साडे अप्रूव हुंदे आ उत्थे इह गल आपां एड्रैस कर रहे हां उत्थे आपां ईवन ऑप्शन कह रहे हां जिहड़े साडे बिल्डर्स आ कि तुसीं होम ओनर्स नूं ऑप्शन दवो कि ओह विद द हाउस बेसमेंट रेडी पास्ट ओह मिले सो आपां वर्क कर रहे हां पर मैं थोड़ी जिहा मैं ब्लेम नहीं करदा किसी नूं ना कम्यूनिटी दा फॉल्ट ना सिटी दा फॉल्ट ओह इहदा आस नहीं रखते सीगे कि जिहड़ी अपस्केल कम्यूनिटीज आ जिहड़ी बनियां जिथे इन्ने महंगे घर आ कि सारे लाइक मेजोरिटी आपां वैल ओवर 50% ते उत्थे पहुंचे हां कि ओह बेसमेंट अपार्टमेंट्स बनाओगे फॉर रेंटल जी इक कॉल हो रही है फिर उस तों बाद आपां चर्चा करदे हां जी सत श्री अकाल जी स्वागत है जी तुहाडा प्रोग्राम दे विच हां जी सत श्री अकाल जी सत श्री अकाल ਅਨੇ ਵੀ ਜੀ ਮੈਂ ਪਹਿਲਾਂ ਵੀ ਕਾਲ ਕੀਤਾ ਸੀ ਮੈਨੂੰ ਕਿ ਕਿਸ ਵੀ ਬੇਸਮੈਂਟ ਦੀਆਂ ਐਂਟਰੈਂਸ ਇੱਕ ਪਾਸੇ ਦੋ ਆ ਇੱਕ ਪਾਸੇ ਚਾਰ ਪਕਸ਼ਾਂ ਤੇ ਆ ਜਿਹੜੇ ਹੁਣ ਪੁਰਾਣੇ ਪਹਿਲਾਂ ਵੀ ਘਰ ਬਣੇ ਆ ਜਿਵੇਂ ਬ੍ਰਾਂਪਟਨ ਮਿਸੇ ਲੱਗ ਗਏ ਉਹਨਾਂ 'ਚ ਇੱਕੋ ਜਗ੍ਹਾ ਛੱਡੀ ਹੋਈ ਆ ਇਹ ਤਾਂ ਸਾਰਾ ਸਿਟੀ ਦੇ ਹੱਥ 'ਚ ਹੀ ਹੈ ਨਾ ਕਿਉਂਕਿ ਜਦੋਂ ਘਰ ਬਿਲਡਰ ਬਣਾਉਂਦਾ ਤਾਂ ਉਹਨੂੰ ਸਿਟੀ ਪਾਸ ਕਰਦੀ ਹੈ ਨਾ ਕਿ ਉਹਨੂੰ ਕੋਈ ਵੀ ਹੋਰ ਕਿਸੇ ਨੇ ਆ ਕੇ ਪਾਸ ਕਰਨਾ ਜੀ ਤੇ ਦੂਜਾ ਅੱਗੇ ਜਦੋਂ ਹੁਣ ਇੱਥੇ ਘਰ ਪਹਿਲਾਂ ਬਣਦੇ ਹੁੰਦੇ ਸੀ ਉਦੋਂ ਜਿੰਨਾ ਚਿਰ ਉਹ ਰੋਡਸ ਨਹੀਂ ਪੂਰੀਆਂ ਬਣ ਜਾਂਦੀਆਂ ਸੀ ਗ੍ਰਾਸ ਤੱਕ ਨਹੀਂ ਲੱਗ ਜਾਂਦਾ ਸੀ ਕਲੋਜ਼ਿੰਗ ਤੱਕ ਨਹੀਂ ਬਿਲਡਰ ਦਿੰਦਾ ਸੀ ਇਹ ਵੀ ਤਾਂ ਸਿਟੀ ਦਾ ਸਟੈਪ ਆ ਕਿ ਸਿਟੀ ਨੂੰ ਜਦ ਤੱਕ ਉਸ ਏਰੀਏ ਦੀ ਕੰਸਟਰਕਸ਼ਨ ਉਹ ਨਹੀਂ ਮੁੱਕ ਜਾਂਦੀ ਤਾਂ ਸਿਟੀ ਕਿਉਂ ਨਹੀਂ ਬਿਲਡਰ 'ਤੇ ਪ੍ਰੈਸ਼ਰ ਪਾਉਂਦੀ ਕਿ ਤੂੰ ਕਲੋਜ਼ਿੰਗ ਨਹੀਂ ਕਰ ਸਕਦਾ ਪਹਿਲਾਂ ਉਵੇਂ ਗਾਰੇਜ ਗੱਡੀਆਂ ਖੜ੍ਹ ਰਹੀ ਜਾਂਦੀਆਂ ਉਵੇਂ ਮਿੱਟੀ ਉੱਡ ਰਹੀ ਹੁੰਦੀ ਆ ਪ੍ਰੋਪਰ ਏਰੀਆ ਜਦੋਂ ਪੂਰਾ ਬਣ ਜਾਂਦਾ ਸਿਟੀ ਨੂੰ ਉਦੋਂ ਉਹਦੀ ਫਾਈਨਲ ਕਰਨੀ ਚਾਹੀਦੀ ਹੈ ਨਾ ਸੈਟਅਪ ਘਰ ਦੀ ਜਾ ਕੇ ਦੇਖਣਾ ਚਾਹੀਦਾ ਸਿਟੀ ਦੇ ਸਿਟੀ ਆਪ ਤਾਂ ਹੁਣ ਇੱਕ ਪਾਸੋਂ ਕਲੀਨ ਹੋ ਜਾਂਦੀ ਹੈ ਵੀ ਇੱਧਰੋਂ ਆਏ ਜੀ ਆਹ ਤੁਹਾਡੀ ਆਹ ਪ੍ਰੋਬਲਮ ਆਹ ਪ੍ਰੋਬਲਮ ਆ ਸਿਟੀ ਬਿਲਡਰ ਦੇ ਉੱਤੇ ਪ੍ਰੈਸ਼ਰ ਕਿਉਂ ਨਹੀਂ ਪਾਉਂਦੀ ਕਿਉਂ ਇੱਕ ਵੱਡੀ ਲੋਬੀ ਕਰਕੇ ਉਹ ਤੋਂ ਇੰਨਾ ਦਾ ਸਾਰਾ ਕੁਛ ਸਿਟੀ ਆਪ ਦਾ ਕਰਦੀ ਆ ਅਪਰੂਵ ਸਿਟੀ ਦੇ ਵਿੱਚ ਇੰਨੇ ਕੌਂਸਲਰ ਬੈਠੇ ਆ ਉਹ ਕੁਛ ਨਾ ਕੁਛ ਗੱਲਾਂ ਤਾਂ ਸਾਰੇ ਕਰਦੇ ਆ ਕੌਂਸਲਰ ਆ ਕੇ ਪਰ ਇੱਕ ਵੀ ਕਿਸੇ ਕੌਂਸਲਰ ਨੇ ਕੋਈ ਸਿਟੀ ਦੇ ਜਾਂ ਬਿਲਡਰ ਦੇ ਉੱਤੇ ਕੋਈ ਚੀਜ਼ ਕੀਤੀ ਹੋਵੇ ਟਾਈਟ ਕੁਛ ਨਹੀਂ ਕੀਤੀ ਉਹ ਹਰੇਕ ਚੀਜ਼ ਦਾ ਤੁਸੀਂ ਕੋਈ ਡਰਾਈਵ ਆ ਉਹ ਵੀ ਪ੍ਰੋਪਰ ਨਹੀਂ ਹੈਗੇ ਕਿੰਨੇ ਛੋਟੇ ਹੋ ਰਹੇ ਆ ਪੁਰਾਣੇ ਘਰਾਂ ਨੂੰ ਇਹ ਤਾਂ ਹੈ ਨਹੀਂ ਤੇ ਲੋਟ ਆ ਜਾਂ ਕੁਛ ਵੀ ਆ ਜਗ੍ਹਾ ਜਿੰਨੀਆਂ ਲੈ ਕੇ ਰੋਡ ਕਿੰਨੀਆਂ ਛੋਟੀਆਂ ਹੋ ਰਹੀਆਂ ਨੇ ਦੋ ਪਾਸੇ ਗੱਡੀਆਂ ਲੱਗ ਗਈਆਂ ਵਿਚਾਲ ਦੀ ਗੱਡੀ ਨਹੀਂ ਲੰਘ ਸਕਦੀ ਹੈ ਫਿਰ ਤੁਸੀਂ ਇਹ ਦੇਖੋ ਏਰੀਆ ਦੇ ਡਿਵੈਲਪ ਦੇ ਨਾਲ ਕਿੰਨੀਆਂ ਕੁ ਪਾਰਕਿੰਗ ਸਿਟੀ ਬਣਾ ਰਹੀ ਆ ਫਿਰ ਪਾਰਕਾਂ ਦੇ ਵਿੱਚ ਸਿਟੀ ਆਪਦੀ ਸਿਟੀ ਜ਼ਿੰਮੇਵਾਰੀਆਂ ਕਿੰਨੀਆਂ ਗਾਇਬ ਕਰ ਰਹੀ ਆ ਕੋਈ ਪਾਰਕ ਦੇ ਆਲੇ ਦੁਆਲੇ ਕਲੀਨ ਅਪ ਹੈ ਕੋਈ ਨਵਾਂ ਏਰੀਆ ਫੜ ਲਓ ਬ੍ਰੈਂਪਟਨ ਦਾ ਜਿਹੜਾ ਮਰਜ਼ੀ ਫੜ ਲਓ ਇਹ ਤੁਸੀਂ ਇੱਧਰ ਓਕਵੈਲ ਨਿਕਲ ਜਾਓ ਬਰਲਿੰਗਟਨ ਨਿਕਲ ਜਾਓ ਉਹ ਵੀ ਸਿਟੀ ਨੇ ਉੱਥੇ ਵੀ ਸਿਟੀਆਂ ਕੰਮ ਕਰਦੀਆਂ ਕਿੰਨਾ ਕਲੀਨ ਅਪ ਏਰੀਏ ਨੇ ਸਾਡੇ ਬ੍ਰੈਂਪਟਨ 'ਚ ਹੀ ਕਿਹਾ ਸਿਟੀ ਹਰੇਕ ਪਾਸੇ ਸਿਟੀ ਕਹਿ ਦਿੰਦੀ ਆ ਆਏ ਨਹੀਂ ਕਿ ਸਿਟੀ ਦੀਆਂ ਤੁਹਾਡਾ ਜ਼ਿੰਮੇਵਾਰੀਆਂ ਜੋਬ ਕ੍ਰੀਏਟ ਕਰੋ ਕਿਸੇ ਕਿੰਨੇ ਪੌਂਡ ਨੇ ਆਲੇ ਦੁਆਲੇ ਘਰਾਂ ਦੇ ਵਿੱਚ ਤੁਹਾਨੂੰ ਇੱਥੇ ਕਲਰਾਟੋ ਪਾਰਕ ਦੇ ਆਲੇ ਦੁਆਲੇ ਕਿਤੇ ਆ ਕੇ ਦੇਖ ਲਿਓ ਕੋਈ ਕਲੀਨ ਅਪ ਪੌਂਡਾਂ ਦੀ ਨਹੀਂ ਕੋਈ ਜਿਹੜੀ ਇੱਕ ਵਾਰੀ ਫੁੱਲ ਲੱਗ ਗਏ ਕੋਈ ਪਾਣੀ ਲੱਗਦਾ ਕੋਈ ਪਾਰਕਾਂ ਦੀ ਕਲੀਨ ਅਪ ਨਹੀਂ ਕੋਈ ਨਹੀਂ ਕਿੰਨਾ ਜ਼ਿਆਦਾ ਪੈਸਾ ਪਿਆ ਹੋਇਆ ਸਿਟੀ ਨੇ ਤਾਂ ਦੇਖਣਾ ਹੀ ਆ ਨਾ ਜੇ ਅਸੀਂ ਕਹੀਏ ਨਾ ਵੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸਫਾਈ ਰੱਖਣ ਦੀ ਚਾਹੇ ਅਸੀਂ ਕੈਨੇਡੀਅਨ ਸਿਟੀ ਨਾ ਚਾਹੇ ਅਸੀਂ ਪੀ ਆਰ ਆ ਚਾਹੇ ਟੂਰਿਸਟ ਆ ਸਾਡੀ ਵੀ ਬਣਦੀ ਹੈ ਪਰ ਕੁਛ ਸਿਟੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਲੀਨ ਰੱਖਣਾ ਸਿਟੀ ਕੁਛ ਵੀ ਨਹੀਂ ਕਰਦੀ ਰੋਡ ਤੱਕ ਸਿਟੀ ਸਨੋਹ ਨਹੀਂ ਚੱਕਦੀ ਵਿੰਟਰ 'ਚ ਕਿਸੇ ਵੀ ਰੋਡ ਦੇ ਉੱਤੋਂ ਜੀ ਤੁਹਾਡਾ ਬਹੁਤ ਬਹੁਤ ਵੈਲਿਡ ਸਵਾਲ ਨੇ ਤੁਹਾਡੇ ਸੁਝਾਅ ਵੀ ਹੈ ਔਰ ਤੁਹਾਡਾ ਤੁਸੀਂ ਜੇ ਇੰਨੀ ਕੁ ਮਿਹਰਬਾਨੀ ਹੋਰ ਕਰੋ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿ ਰਹੇ ਹੋ ਤੁਹਾਡਾ ਵਾਰਡ ਕਿਹੜਾ ਮੇਰਾ ਤਾਂ ਆਪਣੇ ਇਧਰ ਅਲਡਰਾਡੋ ਪਾਰਕ ਦੇ ਏਰੀਆ 'ਚ ਰਹਿਣਾ ਜੀ ਕਿਹੜਾ ਪਾਰਕ ਹੈ
स्टील क्रेडिट व्यू। बहुत बहुत शुक्रिया और बहुत वैलिड सवाल किए ने और आने वाले दिनों ਦੇ ਵਿੱਚ ਅਸੀਂ ਅੱਜ ਇਕੱਲੇ ਇਸ ਰੇਂਜ ਓਵਰਆਲ ਸਾਰੇ ਬ੍ਰਾਂਡਾਂ 'ਚ ਦੇਖੋ ਤੁਸੀਂ ਪਾਰਕਾਂ 'ਚ ਪੌਂਡ ਬਣਾਏ ਜਾਂਦੇ ਆ ਉਹਨਾਂ ਨੂੰ ਸਿਟੀ ਕਲੀਨ ਕਰੇ ਉਹਨਾਂ ਦੇ ਆਲੇ ਦੁਆਲੇ ਟ੍ਰੇਲਸ ਬਣਾਉਣ ਫੁੱਲ ਲਾਉਣ ਤਾਂ ਕਿ ਬੰਦੇ ਸ਼ਾਮ ਨੂੰ ਉੱਥੇ ਘੁੰਮਣ ਫਿਰਨ ਜੀ। ਵਾਸਤਾ ਕਰੋ ਕਿਸੇ ਵੀ ਕੋਈ ਪੌਂਡ ਦੇ ਆਲੇ ਦੁਆਲੇ ਟ੍ਰੇਲ ਨਹੀਂ ਕੁਛ ਨਹੀਂ ਜਦੋਂ ਅਗਲਾ ਬੰਦਾ ਘਰ ਲੈਂਦਾ ਯਾਰ ਮਗਰ ਪੌਂਡ ਆ ਕੋਈ ਲੋਟ ਹੈ ਉਹ ਬਹੁਤ ਚੀਜ਼ਾਂ ਸਿਟੀ ਦੀਆਂ ਪ੍ਰੋਬਲਮ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਜੀ। ਸੋ ਗਿਰਗੀਰ ਜੀ ਟੋਟਲੀ ਜਿਹੜਾ ਇੱਕ ਰੈਜ਼ੀਡੈਂਸ ਵੱਲੋਂ ਫਰਸਟ੍ਰੇਸ਼ਨ ਹੈ ਜਿਹੜੀ ਸਿਟੀ ਦੇ ਕੱਢੀ ਗਈ ਹੈ ਔਰ ਮੈਂ ਜੇ ਗੱਲ ਕਰਾਂ ਕਿ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ ਹੁਣ ਜੇ ਸਿਟੀ ਆਫ ਬ੍ਰੈਂਪਟਨ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਪੰਜਾਬੀ ਭਾਈਚਾਰੇ ਦੇ ਦੋ ਕੌਂਸਲਰ ਹੋ ਤੁਸੀਂ ਰਗੀਰ ਸਿੰਘ ਅਤੇ ਦੂਜੇ ਗੁਰਪ੍ਰੀਤ ਢਿੱਲੋਂ ਪਰ ਫਿਰ ਵੀ ਹੰਬੜਾ ਮਾਰ ਕੇ ਜਿੰਨੀ ਕੁ ਕੋਸ਼ਿਸ਼ ਤੁਸੀਂ ਕਰਨੀ ਹੈ ਉਹ ਕਰ ਰਹੇ ਹੋ ਇਹਨਾਂ ਦੇ ਜਿਹੜੇ ਸਵਾਲ ਹੈ ਉਹ ਕਿਤੇ ਨਾ ਕਿਤੇ ਮੈਂ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਪਰ ਮੈਂ ਉਹਨਾਂ ਦੇ ਸਵਾਲ ਨੂੰ ਤੁਹਾਡੇ ਤੱਕ ਹੋਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਪਾਰਕ ਦੀ ਗੱਲ ਕੀਤੀ ਹੈ ਕਲੀਨ ਅਪ ਦੀ ਗੱਲ ਕੀਤੀ ਹੈ ਫਿਰ ਅੱਜ ਤੋਂ ਜੇ 20 ਸਾਲ 10 ਸਾਲ 15 ਸਾਲ ਘਰ ਬਣਦੇ ਸੀ ਉਹ ਵੀ ਘਰ ਬਣਦੇ ਸੀ ਉਹਨਾਂ ਦੇ ਲੋਟ ਵੱਡੇ ਵੱਡੇ ਸੀ ਔਰ ਸੇਮ ਡਰਾਈਵੇ ਔਰ ਘਰਾਂ ਦੇ ਦੋਹੀ ਪਾਸੀ 8-8 ਫੁੱਟ ਤੋਂ ਜ਼ਿਆਦਾ ਜਗ੍ਹਾ ਹੁੰਦੀ ਸੀ ਜੇ ਮੰਨ ਲਓ ਕਿਤੇ ਉਹਨਾਂ ਨੂੰ ਐਂਬੂਲੈਂਸ ਵਾਲਿਆਂ ਨੂੰ ਸਟਰੈਚਰ ਲਗਾਉਣਾ ਵੀ ਪਵੇ ਮੰਨ ਲਓ ਕਿ ਕੋਈ ਹਾਦਸਾ ਬੈਕਯਾਰਡ ਦੇ ਵਿੱਚ ਵਾਪਰ ਜਾਂਦਾ ਉਹਨਾਂ ਨੂੰ ਸਟਰੈਚਰ ਲਗਾਉਣਾ ਵੀ ਪਵੇ ਤਾਂ ਉਹ ਲਗਾ ਸਕਦੇ ਸੀ ਹੁਣ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਵੇ ਬੈਕਯਾਰਡ ਦੇ ਵਿੱਚ ਪਾਰਟੀ ਸਮੇਂ ਜਾਂ ਕੁਛ ਵੀ ਤਾਂ ਸਟਰੈਚਰ ਲਗਾਉਣਾ ਵੀ ਜਿਹੜਾ ਮੁਸ਼ਕਲ ਹੋਇਆ ਪਿਆ ਇੰਨੀ ਛੋਟੀ ਥੋੜ੍ਹੀ ਜਗ੍ਹਾ ਛੱਡੀ ਹੁੰਦੀ ਹੈ ਪਰ ਬਿਲਡਰ ਨੂੰ ਕਿਉਂ ਨਹੀਂ ਇਹ ਪ੍ਰੈਸ਼ਰਗਾਈਜ਼ ਕੀਤਾ ਜਾਂਦਾ ਬਿਲਡਰ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਵੀ ਉਹ ਆਪਣੇ ਸਾਰਾ ਕੰਮ ਮੁਕੰਮਲ ਕਰਕੇ ਵੀ ਆਪਣਾ ਡਰਾਈਵੇ ਕਰਾਸ ਲੱਗ ਗਿਆ ਪੂਰਾ ਸਾਰਾ ਕੁਛ ਹੋ ਗਿਆ ਫਿਰ ਉਹ ਓਕੂਪੈਂਸੀ ਕਰੇ ਫਿਰ ਉਹ ਕਲੋਜ਼ਿੰਗ ਕਰੇ ਇਹ ਇਹਦੇ ਵਿੱਚ ਕਿਹਦਾ ਰੋਲ ਜ਼ਿਆਦਾ ਪਲੇ ਕਰ ਰਿਹਾ ਜਿਹੜੇ ਆਪਾਂ ਡੈਂਸ ਇਹਦੇ ਵਿੱਚ ਡੈਂਸਰੀ ਦੀ ਗੱਲ ਕਰਦੇ ਹਾਂ ਜਿਹੜੇ ਪ੍ਰੋਵਿੰਸ ਤੋਂ ਆਇਆ ਇਨ ਦਾ ਜਿਹੜਾ ਕਹਿੰਦੇ ਅਫੀਸ਼ਲ ਗਰੋਥ ਪਲਾਨ ਉਹ ਕਲੀਅਰ ਆ ਕਿ ਸਾਨੂੰ ਡੈਂਸਰੀ ਦੀ ਲੋੜ ਆ ਅਤੇ ਉਹ ਡੈਂਸਰੀ ਤਾਂ ਕਹਿ ਰਹੇ ਆ ਕਰਕੇ ਜਿੱਥੇ ਆਪਾਂ 8 ਘਰ ਕਹਿ ਲਓ ਏਕੜ 'ਤੇ ਬਣਾ ਸਕਦੇ ਹਾਂ ਉਹ ਚਾਹੁੰਦੇ ਆ 12-13 ਬਣਾਈਏ ਐਂਡ ਉਹ ਜੇ ਆਪਾਂ ਉਹਨਾਂ ਦੀ ਸਾਈਡ ਦੇਖੀਏ ਆਨੈਸਟਲੀ ਉਹ ਜੇ ਇਨਵਾਇਰਮੈਂਟਲ ਦੇ ਪੱਖੋਂ ਦੇਖੀਏ ਆਪਾਂ ਸਸਟੇਨੇਬਿਲਿਟੀ ਦੇ ਪੱਖੋਂ ਦੇਖੀਏ ਉਹ ਗਲਤ ਨਹੀਂ ਹੈਗਾ ਰਾਈਟ ਉਹ ਫਲੋਸਫੀ ਇਹ ਆ ਸਾਡੇ ਕੋਲ ਲੈਂਡ ਲਿਮਿਟਿਡ ਆ ਜੇ ਆਪਾਂ ਦੇਖੀਏ ਇੰਟੀਰੀਅਰ ਪਰ ਸਾਡੀ ਗ੍ਰੀਨ ਬੈਲਟ ਕੈਲਜਨ ਤੋਂ ਸ਼ੁਰੂ ਹੋ ਜਾਂਦੀ ਆਪਾਂ ਅੱਗੇ ਨਹੀਂ ਹੋਰ ਜਾ ਸਕਦੇ ਸੋ ਇਸ ਕਰਕੇ ਜਿਹੜਾ ਪ੍ਰੋਵਿੰਸ ਹਰੇਕ ਮਿਊਨਿਸਪੈਲਿਟੀ ਸਿਰਫ ਸਾਡੇ ਕੋਲ ਨਹੀਂ ਉਹ ਕਹਿ ਰਹੇ ਆ ਸਾਨੂੰ ਡੈਂਸਰੀ ਜਿਹੜੀ ਆ ਉਹ ਕਰਨੀ ਪਊਗੀ ਇਹ ਜਿਹੜੀ ਆਪਾਂ ਪੈਰਾਮੈਡਿਕਸ ਦੀ ਗੱਲ ਕਰਦੇ ਹਾਂ ਟਾਈਟ ਜ਼ਰੂਰ ਹੋ ਗਏ ਪਰ ਉਹ ਪਾਸ ਪੈਰਾਮੈਡਿਕਸ ਵੀ ਉਹ ਹਰੇਕ ਜਿਹੜਾ ਪਲੈਨ ਆ ਉਹ ਚੈੱਕ ਕਰਦੇ ਹੁੰਦੇ ਆ ਨਾਲੇ ਫਾਇਰ ਫਾਈਟਰ ਚੈੱਕ ਕਰਦੇ ਹੁੰਦੇ ਆ ਜਿਹੜੀ ਪਾਰਕਸ ਦੀ ਗੱਲ ਕੀਤੀ ਆ ਉਹਦੇ ਵਿੱਚ ਮੈਂ ਰਿਸਪੈਕਟਫੁਲੀ ਜਿੱਦਾਂ ਇਹਨਾਂ ਦੇ ਮੈਂ ਰਿਸਪੈਕਟ ਦੇ ਨਾਲ ਕਹਿੰਦਾ ਕਿ ਹਰੇਕ ਕਾਲਰ ਦਾ ਆਪਣਾ ਓਪੀਨੀਅਨ ਆ ਪਰ ਜਿੰਨਾ ਮੈਨੂੰ ਪਤਾ ਸਾਡੇ ਵਰਡਸ ਨਾਲ ਤੇ ਦੱਸਦਾ ਮੈਂ ਜ਼ਿਆਦਾ ਗੱਲ ਕਰ ਸਕਦਾ ਜਿੱਥੇ ਉੱਥੇ ਸਾਡੇ ਟ੍ਰੇਲਸ ਆ ਸਾਡੇ ਬਜ਼ੁਰਗ ਆਪਣੇ ਪਾਰਕ ਨੂੰ ਅਡਾਪਟ ਕਰ ਦਿੰਦੇ ਆ ਸਫਾਈ ਕਰਦੇ ਆ ਪਰ ਜਿੱਥੇ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ ਮੈਨੂੰ ਕਾਲ ਆਉਂਦੀ ਆ ਆਪਾਂ ਸਿਟੀ ਨੂੰ ਵੀ ਭੇਜਦੇ ਹਾਂ ਆਪਾਂ ਲੱਕੀ ਆ ਹੁਣ ਆਪਾਂ ਬਰਲਿੰਗਟਨ ਦਾ ਨਾਮ ਲਿਆ ਕੇਂਬਰਿਜ ਦਾ ਨਾਮ ਉੱਧਰ ਮੈਂ ਗਰੋਅਪ ਹੋਇਆ ਉੱਧਰ ਮੈਨੂੰ ਉਹ ਸ਼ਹਿਰਾਂ ਦਾ ਪਤਾ ਆ ਸਮਟਾਈਮ ਸਾਨੂੰ ਆਪਾਂ ਰੀਅਲਾਈਜ਼ ਨਹੀਂ ਕਰਦੇ ਸਾਡਾ ਇੱਥੇ ਕਿੰਨੇ ਵਧੀਆ ਚੀਜ਼ਾਂ ਵੀ ਹੈਗੀਆਂ ਮੈਨੂੰ ਪਤਾ ਆਪਾਂ ਸਾਰੇ ਉਹ ਵੀਡੀਓ ਆਪਾਂ ਉਹੀ ਦੇਖਦੇ ਹਾਂ ਸਾਨੂੰ ਲੱਗਦਾ ਆ ਗੱਡੀਆਂ ਇੱਦਾਂ ਆ ਐਂਡ ਆਲ ਦੈਟ ਪਰ ਇੱਥੇ ਹੁਣ 6.5 ਲੱਖ ਰੈਜ਼ੀਡੈਂਟ ਰਹਿੰਦਾ ਆ ਰਾਈਟ ਐਂਡ ਇੱਥੇ ਜੋ ਜਿਹੜਾ ਸਾਡਾ ਗ੍ਰੀਨ ਸਪੇਸ ਆ ਉਹ ਮੰਨਿਆ ਜਾਂਦਾ ਵੀ ਹੈਵ ਵਨ ਆਫ ਦਾ ਬੈਸਟ ਗ੍ਰੀਨ ਸਪੇਸਿਸ ਇੱਥੇ ਜਿਹੜਾ ਡਾਊਨਟਾਊਨ ਬ੍ਰੈਂਪਟਨ ਵਰਲਡ ਟ੍ਰੇਲ ਆ ਸਾਡਾ ਉੱਧਰ ਕਲੇਅਰਵਿਲ ਪਾਰਕ ਆ ਇਹ ਪ੍ਰੋਵਿੰਸ਼ਲੀ ਰੈਕਗਨਾਈਜ਼ਡ ਆ ਜਿਹੜਾ ਸਾਡਾ ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਆ ਅੰਟੇਰੀਓ ਦੇ ਵਿੱਚ ਮਿਊਨਿਸਪੈਲਿਟੀਜ਼ ਉੱਥੇ ਵਿਜ਼ਿਟ ਕਰਨ ਆਉਂਦੇ ਆ ਕਿ ਇਹਨੀ ਕਿੱਦਾਂ ਬਣਾਇਆ ਇੰਨਾ ਵਧੀਆ ਕਿੱਦਾਂ ਬਣਾਇਆ ਸੋ ਆਈ ਮੀਨ ਆਲਵੇਜ ਰੂਮ ਫੋਰ ਇੰਪਰੂਵਮੈਂਟ ਹੁਣ ਮੈਨੂੰ ਵੀ ਬਹੁਤ ਗੁੱਸਾ ਚੜ੍ਹਦਾ ਜਦੋਂ ਮੈਂ ਦੇਖਦਾ ਵੀਡੀਓ ਆਫ ਕਾਰਸ ਸਪੀਡਿੰਗ ਸਾਡੇ ਪਰਸੋਂ ਹੀ ਸੁਪਰਿੰਟੈਂਡੈਂਟ ਦੇ ਨਾਲ ਮੀਟਿੰਗ ਹੋਈ ਆ ਆਪਾਂ ਉਹਦੇ ਵਿੱਚ ਵੀ ਇਹ ਕਿਹਾ ਕਿ ਲਿਸਨ ਐਵਰੀਥਿੰਗ ਐਲਸ ਇੰਪੋਰਟੈਂਟ ਪਰ ਯੂ ਹੈਵ ਟੂ ਡੂ ਸਮਥਿੰਗ ਅਬਾਊਟ ਦ ਸਪੀਡਿੰਗ ਹੈ ਨਾ ਪਰ ਸਾਡੇ ਕੋਲ ਇੰਨਾ ਵੀ ਨਹੀਂ ਮਾੜਾ ਹਾਲਾਤ ਕਿ ਯੂ ਨੋ ਬ੍ਰੈਂਪਟਨ ਸਾਨੂੰ ਥੋੜ੍ਹੀ ਜਿਹਾ ਕਹਿ ਲਓ ਖੁਸ਼ ਵੀ ਹੋਣਾ ਐਕਚੁਅਲੀ ਪਤਾ ਕੀ ਇਹ ਚਾਹੁੰਦੇ ਨੇ ਜਿਹੜੇ ਪੁਰਾਣੇ ਇੱਥੇ ਆਏ ਆ ਜਿਹੜੇ 30-30 ਸਾਲ ਪੁਰਾਣਾ ਪਹਿਲਾਂ ਵਾਲਾ ਮਾਹੌਲ ਸੀ ਉਹ ਮਾਹੌਲ ਇੱਥੇ ਹੁਣ ਲੱਭਦੇ ਆ ਪਰ ਹੁਣ ਸ਼ਾਇਦ ਉਹ ਮੁਸ਼ਕਲ ਹੈ ਉਹ ਹੁਣ ਸਾਡੇ ਆਬਵੀਅਸਲੀ ਕਿ
ਇਹੀ ਚੀਜ਼ ਹੁਣ ਹਸਪੀਟਲ ਦਾ ਉੱਥੇ ਬਹੁਤ ਜ਼ਰੂਰਤ ਆ ਮੈਂ ਮੰਨਦਾ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ ਇਸ ਹਸਪੀਟਲ ਦੇ ਅਤੇ ਹੋਰ ਜਿਹੜੇ ਜਿਹੜੀ ਸਾਡੀ ਪੀਲ ਪੁਲਿਸ ਦੇ ਮੁੱਦੇ ਨੇ ਜਾਂ ਪੁਲਿਸ ਨਾਲ ਰਿਲੇਟਡ ਆ ਉਹਦੇ ਉੱਪਰ ਵੀ ਚਰਚਾ ਕਰਾਂਗੇ। ਇੱਕ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਦਰਸ਼ਕੋ। ਇਉਂ ਗਏ ਅਤੇ ਇਉਂ ਆਏ ਔਰ ਤੁਸੀਂ ਕਿਸੇ ਕਿਸਮ ਦਾ ਸਵਾਲ ਆਪਣਾ ਨੋਟ ਕਰਕੇ ਰੱਖੋ ਜਾਂ ਤੁਸੀਂ ਹਰਕੀਰ ਸਿੰਘ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਬਹੁਤ ਚੰਗੇ ਇਨਸਾਨ ਨੇ ਔਰ ਸਾਡੀ ਆਵਾਜ਼ ਇਹ ਸਿਟੀ ਤੱਕ ਲੈ ਕੇ ਜਾਂਦੇ ਆ, ਉੱਥੇ ਜਿੰਨੀ ਹੈ ਆਪਣਾ ਆਪਣੀ ਕੋਸ਼ਿਸ਼ ਕਰਨ ਔਰ ਉਸ ਕੋਸ਼ਿਸ਼ ਤੋਂ ਵੀ ਜ਼ਿਆਦਾ ਇਹ ਵੱਧ ਕੇ ਆਪਣੀ ਵਾਹ ਲਾਉਂਦੇ ਆ ਕਿ ਕੋਈ ਜਿਹੜੇ ਕਮਿਊਨਿਟੀ ਦੇ ਕੰਮ ਹੋ ਸਕਣ। ਆਪਣੇ ਸਵਾਲ ਸੁਝਾਅ ਲਿਖ ਕੇ ਰੱਖੋ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਸ਼ੁਕਰੀਆ। ਇੰਡੀਅਨ ਕਜ਼ੀਨ ਦਾ ਸਵਾਦ ਹੁਣ ਕੈਨੇਡਾ ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। ਫਾਰ ਮੈਮੋਰੇਬਲ ਫੂਡ ਐਂਡ ਐਕਸੈਪਸ਼ਨਲ ਵੈਲਿਊ ਯੂ ਕੈਨ ਕੰਟੈਕਟ ਅਸ ਐਟ, ਯੂ ਕੈਨ ਆਲਸੋ ਮੇਲ ਅਸ ਐਟ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਟ੍ਰੀ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੌਂਡੋਸ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰਖੜਾ ਨੂੰ 6477205454 ਤੇ 6474204454 ਤੇ। टीवी वॉल माउंटिंग एंड नेटवर्किंग सर्विसेज जिन्हां तो तुसी नेटवर्क केबलिंग एक्सेसरी ले सकते हो, HD एंटेना भी इंस्टॉल करदे ने, इन्हां तो तुसी अनलिमिटेड इंटरनेट अते होम फोन पैकेज भी ले सकते हो। आज ही कॉल करो प्रीत नू 416-843-0208-416-843-0208। इन्हां तो तुसी घर दफ्तर लई सिक्योरिटी कैमरा भी इंस्टॉल करवा सकते हो। Beautiful you, Jao Renu Hair Salon and Spa. Jithe milega tuhanu laser hair removal and IPL photo facial. Jis de naal remove ho sakde ne permanent skin tags and pigmentation. For more information, contact 204-233-3146. ਵਰਗਾ ਮਹਿਸੂਸ ਹੋਵੇ, ਜਿਸ ਦੀਆਂ ਤਾਜ਼ੀਆਂ ਦਾਲਾਂ ਸਬਜ਼ੀਆਂ ਮਠਿਆਈਆਂ ਵਿੱਚ ਪਿੰਡ ਦੀ ਖੁਸ਼ਬੂ ਹੋਵੇ। ਬੇਸ਼ੱਕ ਵਿਆਹ ਸ਼ਾਦੀ ਛੋਟੀ ਵੱਡੀ ਪਾਰਟੀ ਕਿਉਂ ਨਾ ਹੋਵੇ, ਪਰ ਮਿੱਤਰੋ ਰੈਸਟੋਰੈਂਟ ਸਵੀਟ ਮਹਿਲ ਹੀ ਹੋਵੇ। ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ, ਸਵੀਟ ਮਹਿਲ ਰੈਸਟੋਰੈਂਟ। ਜਿੰਨਾ ਸੋਹਣਾ ਰੈਸਟੋਰੈਂਟ ਉਸ ਤੋਂ ਵੀ ਜ਼ਿਆਦਾ ਸਵਾਦ ਖਾਣਾ। ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ ਕਰਵਾਓ। ਸਵੀਟ ਮਹਿਲ ਰੈਸਟੋਰੈਂਟ ਦਾ ਨੰਬਰ ਘੁਮਾਓ। ਸਵੀਟ ਮਹਿਲ ਰੈਸਟੋਰੈਂਟ, ਟ੍ਰੈਡੀਸ਼ਨ ਸੌਫਟ ਟੇਸਟ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਸਮਾਂ ਇਸ ਦਾ ਹੁੰਦਾ ਪ੍ਰੋਗਰਾਮ ਦਾ 7 to 8। ਔਰ ਅੱਜ ਜਿਸ ਅਸੀਂ ਮੁੱਦੇ ਉੱਪਰ ਗੱਲਬਾਤ ਕਰ ਰਹੇ ਹਾਂ ਉਹ ਸਿਟੀ ਆਫ ਬਰੈਂਪਟਨ ਦੇ ਵਿੱਚ ਜਾਂ ਬਰੈਂਪਟਨ ਦੀ ਗੱਲ ਕਰੀਏ ਵੀ ਸਾਡਾ ਹੱਬ ਬਣਿਆ ਹੋਇਆ ਪੂਰੇ ਕੈਨੇਡਾ ਵਾਈਡ। ਜੇ ਦੇਖਣਾ ਹੋਵੇ ਤਾਂ ਪੰਜਾਬ ਤੋਂ ਵੀ ਸਾਨੂੰ ਕਾਲਜ ਆਉਂਦੀਆਂ ਕਿ ਉਹ ਬਰੈਂਪਟਨ ਦਾ ਨਾਂ ਬੜਾ ਮਸ਼ਹੂਰ ਹੋ ਚੱਲਿਆ ਅੱਜ ਕੱਲ੍ਹ। ਚਾਹੇ ਉਹ ਕਿਸੇ ਕਿਸਮ ਦੇ ਕੋਈ ਦੁਰਘਟਨਾਵਾਂ ਹੋਣ, ਚਾਹੇ ਪੋਜ਼ਿਟਿਵ ਹੋਵੇ ਨੈਗੇਟਿਵ ਹੋਵੇ, ਪਰ ਬਰੈਂਪਟਨ ਨੂੰ ਇੱਕ ਹੱਬ ਦੇ ਤੌਰ 'ਤੇ ਦੇਖਿਆ ਜਾ ਰਿਹਾ। ਸੋ ਸਿਟੀ ਆਫ ਬਰੈਂਪਟਨ ਦੇ ਕੌਂਸਲਰ ਸਾਡੇ ਕੋਲ ਹਰਕੀਰ ਸਿੰਘ ਜੀ ਅੱਜ ਸਟੂਡੀਓ ਦੇ ਵਿੱਚ ਆਏ ਨੇ ਔਰ ਤੁਹਾਡਾ ਕਿਸੇ ਕਿਸਮ ਦਾ ਸਵਾਲ ਜਾਂ ਸੁਝਾਅ ਜਾਂ ਤੁਸੀਂ ਜਿਹੜੇ ਵੀ ਵਾਰਡ ਦੇ ਵਿੱਚ ਰਹਿ ਰਹੇ ਹੋ ਬਰੈਂਪਟਨ ਦੇ ਵਿੱਚ, ਕੋਈ ਵੀ ਸਵਾਲ ਹੈ ਤੁਹਾਡਾ, ਤੁਸੀਂ ਅੱਜ ਇੱਥੇ ਕਾਲ ਕਰਕੇ ਸਾਡੇ ਹਰਕੀਰ ਸਿੰਘ ਜੀ ਨੂੰ ਜੋ ਕਿ ਸਾਡੇ ਸਿਟੀ ਕੌਂਸਲਰ ਨੇ, ਉਹਨਾਂ ਨੂੰ ਤੁਸੀਂ ਆਪਣਾ ਸਵਾਲ ਰੱਖੋ ਤਾਂ ਕਿ ਇਹ ਤੁਹਾਡੇ ਸਵਾਲ ਨੂੰ ਮੁੱਦਾ ਬਣਾ ਕੇ ਸਿਟੀ ਤੱਕ, ਸਿਟੀ ਆਫੀਸ਼ੀਅਲਸ ਤੱਕ ਲੈ ਕੇ ਜਾਣ।
ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਥੈਂਕ ਯੂ। ਸੋ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਜਿਹੜੇ ਬ੍ਰੈਂਪਟਨ ਦੇ ਵਿੱਚ, ਹੁਣ ਆਪਾਂ ਬੇਸਮੈਂਟਸ ਦੀ ਗੱਲ ਕੀਤੀ ਆ, ਘਰਾਂ ਦੀ ਗੱਲ ਕੀਤੀ ਆ, ਹੁਣ ਥੋੜ੍ਹਾ ਜਿਹਾ ਅੱਗੇ ਵਧੀਏ ਜਦੋਂ, ਕਿਉਂਕਿ ਬਹੁਤ ਸਾਰੇ ਮੁੱਦੇ ਨੇ ਔਰ ਮੈਨੂੰ ਕੋਈ ਗਰੇਜ਼ ਨਹੀਂ ਕਹਿਣ ਵੱਲੋਂ, ਇਹ ਵੀ ਮੈਂ ਜਿਹੜੇ ਸਾਡੇ ਕਾਲਰ ਨੇ ਕਾਲ ਕੀਤੀਆਂ ਉਹਨਾਂ ਵੱਲੋਂ ਇੱਕ ਇਹ ਗੱਲ ਜਾਂ ਅਨੁਮਾਨ ਲਗਾਏ ਜਾਂਦੇ ਆ ਕਿ ਵੀ ਬਿਲਡਰ ਅਤੇ ਸਿਟੀ ਆਪਸ ਦੇ ਵਿੱਚ ਰਲਗੱਡ ਹੈ, ਆਪਸ 'ਚ ਇਹਨਾਂ ਦੀ ਗੱਲਬਾਤ ਰਲੀ ਵੀ ਹੈ ਔਰ ਜੋ ਬਿਲਡਰ ਕਹਿ ਦਿੰਦਾ ਸਿਟੀ ਉਹਨੂੰ ਮੰਨ ਲੈਂਦੀ ਹੈ ਔਰ ਜਿੱਥੇ ਜੇ ਬੇਸਮੈਂਟ ਬਣਾਉਣੀ ਹੋਵੇ ਉਹ ਨਿੱਕੀ ਜਿਹੀ ਗੱਲ ਤੋਂ ਵੀ ਟਸਮਸ ਨਹੀਂ ਹੁੰਦੇ। ਇਹ ਇੱਕ ਬੜਾ ਦੇਖਣ ਨੂੰ ਮਿਲਦਾ ਹੈ, ਪਰ ਲੇਕਿਨ ਕੀ ਸਹੀ ਹੈ ਕੀ ਗਲਤ ਆ ਉਹਦੇ ਬਾਰੇ ਵੀ ਆਪਾਂ ਕਦੇ ਫਿਰ ਚਰਚਾ ਕਰਾਂਗੇ। ਲੇਕਿਨ ਬ੍ਰੈਂਪਟਨ ਹੋਸਪਿਟਲ ਦਾ ਜਿਹੜਾ ਮੁੱਦਾ ਸੀਗਾ ਉਹ COVID-19 ਦੇ ਵਿੱਚ ਹੀ ਕਿਤੇ ਰੁਲ ਗਿਆ, ਉਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੁੰਦਾ। ਔਰ ਸਿਟੀ ਦੇ ਵਿੱਚ ਜਿਹੜੀ ਇੱਕ ਯੂਨੀਵਰਸਿਟੀ ਹੋਣੀ ਸੀ, ਯੂਨੀਵਰਸਿਟੀ ਦਾ ਵੀ ਕੁਝ ਕਿਤੇ ਨਾ ਕਿਤੇ ਮੁੱਦਾ ਜਿਹੜਾ ਉਹ ਕਿਤੇ ਠੰਡੇ ਬਸਤੇ 'ਚ ਪੈ ਗਿਆ, ਉਹਦਾ ਵੀ ਦੱਸੋ। ਯਾ ਸੋ ਜਦੋਂ COVID-19 ਆਬਵੀਅਸਲੀ ਸ਼ੁਰੂ ਕੀਤਾ, ਜਿਹੜੇ ਫਾਇਲ ਸੀਗੇ ਦੋਨੋਂ ਬ੍ਰੈਂਪਟਨ ਯੂਨੀਵਰਸਿਟੀ ਅਤੇ ਸਾਡਾ ਹੋਸਪਿਟਲ ਦਾ, ਆਪਾਂ ਕਾਫੀ ਅਗਰੈਸਿਵਲੀ ਕੰਮ ਕਰ ਰਹੇ ਸੀਗੇ, ਤੁਹਾਨੂੰ ਵੀ ਪਤਾ ਆਪਾਂ ਮੋਸ਼ਨ ਵੀ ਲਾ ਕੇ ਆਏ। ਫਿਰ COVID-19 ਆ ਗਿਆ, ਉਦੋਂ ਫਿਰ ਮਾਹੌਲ ਸਿਆਸਤ ਵਿੱਚ ਜਿਹੜਾ ਮਾਹੌਲ ਆ ਬਹੁਤ ਬਦਲ ਗਿਆ। ਮੇਰਾ ਮਤਲਬ ਥੋੜ੍ਹਾ ਜਿਹਾ ਆਪਾਂ ਸਾਰਾ ਕੁਛ ਸਾਈਡ 'ਤੇ ਰੱਖ ਕੇ, ਹੈ ਨਾ, COVID-19  'ਤੇ ਕੰਮ ਕੀਤਾ, ਯੂ ਨੋ, ਲਾਈਕ ਭਾਵੇਂ ਸਾਡੇ ਹੋਸਪਿਟਲਸ ਨੂੰ ਜਿੱਦਾਂ ਇੱਕ ਟਾਈਮ ਹੁੰਦਾ ਕ੍ਰਿਟੀਸਾਈਜ਼ ਕਰਨੇ ਨੂੰ, ਇੱਕ ਟਾਈਮ ਹੁੰਦਾ ਜਦੋਂ ਮੋਢੇ ਨਾਲ ਮੋਢਾ ਲਾ ਕੇ ਲੈਵਲਸ ਕੰਮ ਕਰਨੇ ਨੂੰ। ਸੋ ਆਪਾਂ ਸਾਰੇ ਹੋਸਪਿਟਲਸ ਦੇ ਵਿੱਚ ਵੀ ਪਹੁੰਚੇ, ਆਪਾਂ ਉਦੋਂ ਇਹ ਫਾਇਲਸ ਥੋੜ੍ਹੇ ਜਿਹੇ ਪਿੱਛੇ ਕਰਤੇ, ਆਪਾਂ ਕ੍ਰਿਟੀਸਿਜ਼ਮ ਵੀ ਘਟਾਤੀ, ਰਾਈਟ, ਕਰਕੇ ਉਹ ਟਾਈਮ ਨਹੀਂ ਸੀਗਾ ਸਾਡੇ ਰੈਜ਼ੀਡੈਂਟਸ ਨੂੰ, ਬਸ ਇਹੀ ਖਤਰਾ ਸੀਗਾ COVID-19। ਹੁਣ ਥੋੜ੍ਹੇ ਜਿਹੇ ਆਪਾਂ ਠੀਕ ਹੋ ਗਏ, ਸਾਡੇ ਕੇਸਿਸ ਵੀ ਰਿਜ਼ਲਟਸ ਵਧੀਆ ਆ ਗਏ। ਹੋਸਪਿਟਲ ਨੇ ਇੱਕ ਸਾਡਾ ਇੱਕ ਮੇਨ ਹੋਸਪਿਟਲ ਆ, ਨਾ ਦੀ ਨਾ ਪੀਓ ਮੈਮੋਰੀਅਲ ਹੈਗਾ ਆ, ਆਪਾਂ ਉਹਨੂੰ ਹੈਫ ਹੋਸਪਿਟਲ ਕਹਿ ਸਕਦੇ ਹਾਂ। ਅਤੇ ਉਹ ਤੋਂ ਇਲਾਵਾ ਆਪਾਂ ਟੈਂਪਰੇਰੀ ਸਾਈਟਸ ਵੀ ਖੋਲ੍ਹੇ ਆ, ਸੋ ਜਿੱਦਾਂ ਫਲੈਚਰਸ ਮੈਰੋ 'ਤੇ ਹਾਲੇ ਤੱਕ ਟੈਸਟਿੰਗ ਚੱਲਦੀ ਆ ਫੋਰ COVID-19। ਸਾਡੇ ਇੱਥੇ ਗੋਰ ਮੈਰੋਜ਼ ਵੀ ਕਈ ਦਿਨ ਹੋਏ ਜਿੱਥੇ ਟੈਸਟਿੰਗ ਹੋਈ ਆ, ਸੋ ਉਹਦੇ ਕਰਕੇ ਜਿਹੜਾ ਹਾਸਪਿਟਲ ਸਿਸਟਮ ਆ ਉਹ ਵਧੀਆ ਰਿਹਾ। ਪਰ ਮੈਂ ਇਹਨਾਂ ਦੱਸ ਸਕਦਾ ਸਾਡੇ ਕਾਨਵਰਸੇਸ਼ਨਸ ਸਾਡੀ ਪ੍ਰੋਵਿੰਸ਼ਲ ਸਰਕਾਰ ਦੇ ਨਾਲ ਯੂਨੀਵਰਸਿਟੀ 'ਤੇ ਅਤੇ ਹਾਸਪਿਟਲ 'ਤੇ ਹਾਲੇ ਐਕਚੁਲੀ ਐਕਟਿਵ ਆ। ਮੈਂ ਆਸ ਰੱਖਦਾ ਹੁਣ ਥੋੜ੍ਹੀ ਜਿਹਾ ਡਰ ਆ ਸੈਕਿੰਡ ਵੇਵ ਦਾ, ਸੋ ਆਪਾਂ ਥੋੜ੍ਹੀ ਜਿਹਾ ਹੋਰ ਟਾਈਮ ਲੱਗੂਗਾ, ਪਰ ਇਹ ਜਿਹੜੇ ਦੋ ਫਾਇਲਸ ਆ ਆਪਾਂ ਇਹਦੇ 'ਤੇ ਆਸ ਰੱਖਦੇ ਆ, ਯੂਨੀਵਰਸਿਟੀ ਐਂਡ ਹੋਸਪਿਟਲ 'ਤੇ ਕੋਈ ਨਾ ਕੋਈ ਮੂਵਮੈਂਟ ਹੋਗੀ। ਆਬਵੀਅਸਲੀ ਆਪਾਂ ਬਲੇਮ ਵੀ ਨਹੀਂ ਕਰ ਸਕਦੇ ਪ੍ਰੋਵਿੰਸ਼ਲ ਸਰਕਾਰ, ਹੁਣ ਕੋਈ ਅਨਾਊਂਸਮੈਂਟ ਕਰ ਵੀ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਸਾਰੇ ਰਿਸੋਰਸਿਸ COVID-19 'ਤੇ ਆ। ਜੇ ਕਾਲ ਹੋਰ ਲੈ ਲਈਏ ਫਿਰ ਉਸ ਤੋਂ ਬਾਅਦ ਚਰਚਾ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜਿਹੜੀ ਇਲੈਕਟ੍ਰਿਸਿਟੀ ਆ ਜਾਂ ਜੋ ਵਾਟਰ ਬਿਲਸ ਨੇ ਜਾਂ ਐਵਰੇਜ ਹੈ, ਉਹਨਾਂ ਦੇ ਹੁਣ 24/7 ਸੇਮ ਪ੍ਰਾਈਸਿੰਗ ਕਰਤੀ ਜਿਹੜੀ ਪਹਿਲਾਂ ਹੁੰਦੀ ਸੀਗੀ। ਕੀ ਇਹ ਇਜ਼ ਇਟ ਅ ਬੈਨੀਫਿਸ਼ੀਅਲ ਫੋਰ ਕਸਟਮਰ ਐਟ ਦਿਸ ਪੁਆਇੰਟ? ਉਹ ਬਾਅਦ ਚ ਰਿਕਵਰੀ ਨਹੀਂ ਕਰ ਸਕਦੇ ਇੱਕ ਸਾਲ ਬਾਅਦ? ਹਜੇ ਉਹਨਾਂ ਨੂੰ ਥੋੜ੍ਹਾ ਜਿਹਾ ਡਿਸਕਾਊਂਟ ਦੇਣਾ ਚਾਹੀਦਾ ਸੀਗਾ। ਮਤਲਬ ਪਹਿਲਾਂ ਤੁਸੀਂ 2 ਮਹੀਨੇ ਫ੍ਰੀ ਵਾਂਗੂ ਦੇ ਰਹੇ ਹੋ ਅਤੇ ਹੁਣ ਇੱਕਦਮ ਜੰਪ ਹਾਈ ਕਰਤਾ। ਬਹੁਤ ਬਹੁਤ ਸ਼ੁਕਰੀਆ ਸਵਾਲ ਕਰਨ ਦੇ ਲਈ, ਔਰ ਤੁਸੀਂ ਆਫ ਦੀ ਈਅਰ ਇਹਨਾਂ ਦਾ ਜਵਾਬ ਸੁਣ ਲਓ ਜੀ। ਉਹ ਕਹਿ ਰਹੇ ਐਨਬ੍ਰਿਜ ਨੇ ਕੀ ਕੀਤਾ ਕਿ ਉਹਨਾਂ ਨੇ 1 ਜੁਲਾਈ ਤੋਂ, ਜਿੱਥੋਂ ਤੱਕ ਮੈਨੂੰ ਸਮਝ ਆਈ ਹੈ, 1 ਜੁਲਾਈ ਤੋਂ ਉਹਨਾਂ ਨੇ 24 ਆਵਰ ਸੇਮ ਰੇਟ ਕਰਤਾ। ਜਦਕਿ ਪਹਿਲਾਂ ਇਹ ਹੁੰਦਾ ਸੀ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਉਹਦਾ ਪ੍ਰਾਈਸ ਜਿਹੜਾ ਇਲੈਕਟ੍ਰਿਸਿਟੀ ਦਾ ਉਹ ਹਾਫ ਰਹਿ ਜਾਂਦਾ ਸੀ। ਵੀਕਐਂਡ ਤੇ ਸੈਟਰਡੇ ਸੰਡੇ ਹਾਫ ਹੁੰਦਾ ਸੀ, ਤਾਂ ਕਿ ਲੋਕ ਜਿਹੜੇ ਲਾਂਡਰੀ ਆ, ਜਿਹੜੀ ਖਾਸ ਕਰਕੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ, ਉਹ ਸੈਟਰਡੇ ਸੰਡੇ ਲਾਂਡਰੀ ਕਰਨ ਦਾ ਜਿਹੜਾ ਟ੍ਰੈਂਡ ਸੀ, ਕਲਚਰ ਸੀ, ਉਹ ਇਸੇ ਕਰਕੇ ਸੀ ਕਿ ਵੀ ਉਹ ਜਿਹੜੇ ਇਲੈਕਟ੍ਰਿਸਿਟੀ ਦੇ ਪ੍ਰਾਈਸ ਹੈ ਉਹ ਹਾਫ ਹੁੰਦੇ ਆ। ਤਾਂ ਫਿਰ ਹੁਣ ਇਹਨਾਂ ਨੇ ਇੱਕਦਮ 24 ਘੰਟੇ ਤੇ 7 ਦਿਨ ਇੱਕੋ ਸੇਮ ਪ੍ਰਾਈਸ ਕਰਤਾ, ਉਹਦੇ ਲਈ ਸਿਟੀ ਕੋਈ ਕੁਛ ਕਰ ਸਕਦੀ ਹੈ ਜਾਂ ਤੁਸੀਂ ਕੋਈ ਆਵਾਜ਼ ਪਹੁੰਚਾ ਸਕਦੇ ਹਾਂ? ਕਿਉਂਕਿ ਹੁਣ ਵੀ ਅਸੀਂ ਜਿਹੜੀ ਇਕਨੋਮੀ 'ਚੋਂ ਅਸੀਂ ਲੰਘ ਰਹੇ ਹਾਂ, ਲੋਕਾਂ ਕੋਲ ਜੋਬਸ ਹਜੇ ਪ੍ਰੋਪਰ ਨਹੀਂ ਆਈਆਂ, ਪ੍ਰੋਪਰ ਉਹਨਾਂ ਦੇ ਆਵਰ ਨਹੀਂ ਲੱਗਣ ਲੱਗੇ, ਔਰ ਪ੍ਰੋਪਰ ਉਹਨਾਂ ਦਾ ਹਜੇ ਟਰੈਕ 'ਤੇ ਜ਼ਿੰਦਗੀ ਨਹੀਂ ਆਈ, ਔਰ ਉਹਨਾਂ ਨਾਲ ਇੱਕਦਮ ਬੋਝ ਪਾ ਦੇਣਾ, ਇਹ ਕੀ ਇਹ ਠੀਕ ਹੈ?
ਸੋ ਜਿਹੜੇ ਜਿਹੜੇ ਬੈਨੀਫਿਟਸ ਆ ਜ਼ਿਆਦਾ ਜਿਹੜੇ ਬੈਨੀਫਿਟਸ ਆ ਉਹ ਪ੍ਰੋਵਿੰਸ਼ਲੀ ਆ ਜਾਂ ਉਹ ਫੈਡਰਲੀ ਆ ਮੈਂ ਪਹਿਲੀ ਵਾਰੀ ਇਹ ਐਂਡ ਬ੍ਰਿਜ ਦਾ ਇਸ਼ੂ ਸੁਣਿਆ ਸੋ ਮੈਂ ਡੈਫਨਲੀ ਰੇਜ਼ ਕਰੂੰਗਾ ਸਾਡੀ ਗੱਲਬਾਤ ਜਿੱਦਾਂ ਮੈਂ ਕਿਹਾ ਪਹਿਲਾਂ ਮਾਹੌਲ ਇੱਦਾਂ ਬਣ ਗਿਆ ਅਤੇ ਹਾਲੇ ਵੀ ਇੱਦਾਂ ਹੀ ਆ ਕਿ ਆਪਾਂ ਇਕੱਠੇ ਕੰਮ ਕਰ ਰਹੇ ਹਾਂ ਸੋ ਡੈਫਨਲੀ ਤੁਸੀਂ ਜ਼ਰੂਰ ਆਪਣੇ ਐਮ ਪੀ ਪੀ ਅਤੇ ਐਮ ਪੀ ਦੇ ਨਾਲ ਇਹ ਵਿਚਾਰ ਜਿਹੜੇ ਆ ਉਹਨਾਂ ਨੂੰ ਦੱਸੋ ਕਰਕੇ ਉਹਨਾਂ ਨੂੰ ਜਾਣਕਾਰੀ ਉਦੋਂ ਹੀ ਮਿਲਦੀ ਹੈ ਜਦੋਂ ਰੈਜ਼ੀਡੈਂਟਸ ਫੋਨ ਕਰਦੇ ਆ ਰਾਈਟ ਅਤੇ ਤੁਹਾਡਾ ਹੱਕ ਵੀ ਆ ਤੁਸੀਂ ਉਹਨਾਂ ਨੂੰ ਇਲੈਕਟ ਕੀਤਾ ਆ ਸੋ ਜਿਹੜੇ ਐਨ ਬ੍ਰਿਜ ਦਾ ਇਸ਼ੂ ਆ ਜਾਂ ਹੋਰ ਵੀ ਕੋਈ ਜਿਹੜੇ ਬੈਨੀਫਿਟਸ ਦਾ ਇਸ਼ੂ ਆ ਉਹਦੇ ਵਿੱਚ ਤੁਸੀਂ ਜ਼ਰੂਰ ਆਪਣੇ ਐਮ ਪੀ ਅਤੇ ਐਮ ਪੀ ਪੀ ਨੂੰ ਦੱਸੋ ਜਿਹੜਾ ਸਿਟੀ ਦਾ ਬਜਟ ਆ 75% 75% ਸਾਡਾ ਪ੍ਰੋਪਰਟੀ ਟੈਕਸ ਤੋਂ ਆਉਂਦਾ ਆ ਬਜਟ ਜਿਹੜਾ 25% ਉਹ ਯੂਜ਼ਰ ਫੀਸ ਤੋਂ ਆਉਂਦਾ ਆ ਸੋ ਸਾਡੀ ਸਿਚੁਏਸ਼ਨ ਇੱਦਾਂ ਨਹੀਂ ਹੈਗੀ ਕਿ ਸਿਟੀ ਵੱਲੋਂ ਬੈਨੀਫਿਟਸ ਆਉਣ ਕਰਕੇ ਸਿਟੀ ਵੱਲੋਂ ਤੁਸੀਂ ਵੀ ਤੁਹਾਨੂੰ ਵੀ ਪਤਾ ਹੋਣਾ ਜਿਹੜੇ ਬੈਨੀਫਿਟਸ ਅਨਾਊਂਸ ਹੋਏ ਸਾਡੇ ਤੋਂ ਨਹੀਂ ਹੋਏ ਕਰਕੇ ਜਿਹੜੇ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਆ ਉਹਨਾਂ ਕੋਲ ਹੋਰ ਟੂਲਸ ਆ ਰੈਵਨਿਊ ਜਨਰੇਟ ਕਰਨ ਨੂੰ ਅਤੇ ਵਿੱਚ ਹੀ ਸਾਡਾ 55-60 million dollars ਦੇ ਲਾਸ ਤੇ ਆਪਾਂ ਆਏ ਹਾਂ ਸੋ ਆਪਾਂ ਉਹ ਵੀ ਮੇਕਅਪ ਕਰਨਾ ਇਨ ਦਾ ਫਿਊਚਰ ਸੋ ਜਿਹੜੇ ਬੈਨੀਫਿਟਸ ਆ ਐਕਚੁਲੀ ਪ੍ਰੋਵਿੰਸ਼ਲੀ ਹੁੰਦੇ ਆ ਅਤੇ ਫੈਡਰਲੀ ਹੁੰਦੇ ਆ ਸੋ ਮੈਂ ਜ਼ਰੂਰ ਅੱਗੇ ਤੁਹਾਡੇ ਜਿਹੜੇ ਇਸ਼ੂ ਦਾ ਪਹੁੰਚਾਊਂਗਾ ਪਰ ਤੁਸੀਂ ਵੀ ਜ਼ਰੂਰ ਆਪਣੇ ਐਮ ਪੀ ਅਤੇ ਐਮ ਪੀ ਪੀ ਨੂੰ ਭਾਵੇਂ ਤੁਸੀਂ ਈਮੇਲ ਹੀ ਕਰ ਲਓ ਭਾਵੇਂ ਤੁਸੀਂ ਮੈਨੂੰ ਹੀ ਈਮੇਲ ਕਰ ਦਿਓ ਮੈਂ ਅੱਗੇ ਜ਼ਰੂਰ ਭੇਜੂੰਗਾ ਪਰ ਤੁਹਾਡਾ ਹੱਕ ਆ ਤੁਸੀਂ ਇਹਨਾਂ ਨੂੰ ਇਲੈਕਟ ਕੀਤਾ ਤੁਸੀਂ ਜ਼ਰੂਰ ਉਹਨਾਂ ਨੂੰ ਦੱਸੋ ਜੇ ਅੱਗੇ ਮਾਸਕ ਦੀ ਜੇ ਗੱਲ ਕਰੀਏ ਜਿਵੇਂ ਸਿਟੀ ਆਫ ਬ੍ਰੈਂਪਟਨ ਨੇ ਵੀ ਬਹੁਤ ਸਾਰਾ ਪੀ ਦੇਖਿਆ ਕਿ ਜਿਹੜਾ ਮਾਸਕ ਲਗਾਉਣਾ ਉਹ ਮੈਂਡੇਟਰੀ ਕਰ ਦਿੱਤਾ ਗਿਆ ਤਾਂ ਉਹ ਸਿਟੀ ਆਫ ਬ੍ਰੈਂਪਟਨ ਦੇ ਜੇ ਗੱਲ ਕਰੀਏ ਤਾਂ ਟ੍ਰਾਂਸਿਟ ਜਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਮਾਸਕ ਲਗਾਉਣਾ ਮੈਂਡੇਟਰੀ ਕੀਤਾ ਸੋ ਇਹ ਤਾਜ਼ੀ ਖਬਰ ਆ ਅੱਜ ਹੀ ਮੀਟਿੰਗ ਹੋਈ ਆ ਜਿਹੜਾ ਸਿਟੀ ਆਫ ਬ੍ਰੈਂਪਟਨ ਆ ਟੋਰਾਂਟੋ ਨੇ ਆਲਰੇਡੀ ਕਰਤਾ ਇਹਨੀ ਮੈਂਡੇਟੋਰੀ ਕਰ ਦੇਣਾ ਇਨ ਆਲ ਪਬਲਿਕ ਸਪੇਸਿਸ ਇਨਡੋਰ ਸੋ ਤੁਸੀਂ ਮਾਲ ਦੇ ਵਿੱਚ ਜਾ ਰਹੇ ਹਾਂ ਗਰੋਸਰੀ ਸਟੋਰ ਦੇ ਵਿੱਚ ਜਾ ਰਹੇ ਹਾਂ ਉੱਥੇ ਜਿਹੜਾ ਮਾਸਕ ਆ ਮੈਂਡੇਟੋਰੀ ਹੋਊਗਾ ਹਾਲੇ ਅਗਲੇ ਹਫ਼ਤੇ ਮੈਨੂੰ ਐਗਜੈਕਟਲੀ ਪਤਾ ਲੱਗ ਜਾਣਾ ਬਾਏ ਲਾਅ ਦੇ ਵਿੱਚ ਕੀ ਆ ਪਰ ਅੱਜ ਆਪਾਂ ਪਾਸ ਕਰਤਾ ਕਿ ਸਟਾਫ ਇਹਨੂੰ ਰਿਵਿਊ ਕਰਨ ਅਤੇ ਉਹ ਵਾਪਸ ਆਉਣ ਵਿਦ ਅ ਬਾਏ ਲਾਅ ਰਿਟਨ ਅਪ ਅਤੇ ਫਿਰ ਇਹ ਥੋੜ੍ਹੀ ਜਿਹਾ ਜਿਹੜਾ ਇਨੀਸ਼ੀਏਟਿਵ ਆ ਇਹ ਜਿਹੜੇ ਮੇਅਰਸ ਆ ਇਨੀ ਇਕੱਠਿਆਂ ਨੇ ਸਲਾਹ ਕੀਤੀ ਹੈ ਕਿ ਆਪਾਂ ਸਾਡੇ ਮਿਊਨਸਿਪੈਲਿਟੀ ਜਿਹੜੇ ਆ ਸਾਡੇ ਸ਼ਹਿਰ ਆ ਆਪਾਂ ਉੱਥੇ ਇੰਪਲੀਮੈਂਟ ਲਾਗੂ ਕਰੀਏ ਸੋ ਇਸ ਕਰਕੇ ਹਰੇਕ ਕੌਂਸਲ ਦੇ ਵਿੱਚ ਇਹ ਚਰਚਾ ਹੋਈ ਆ ਇਹਦੇ 'ਤੇ ਵੋਟ ਵੀ ਪਈ ਆ ਸਾਡੀ ਵੋਟ ਯੂਨੈਨਮਸ ਸੀਗੀ ਹਰੇਕ ਜਿਹੜਾ ਕੌਂਸਲਰ ਉੱਥੇ ਸੀਗਾ ਉਹਨੇ ਸਪੋਰਟ ਕੀਤੀ ਐਂਡ ਆਨੈਸਟਲੀ ਮੈਂ ਕਹਾਂ ਜਿਹੜੀ ਕਮਿਊਨਿਟੀ ਆ ਉਹ ਵੀ ਕਾਫੀ ਲੰਬੇ ਸਮੇਂ ਤੋਂ ਇਹ ਚਾਹੁੰਦੀ ਆ ਮੈਨੂੰ ਬਹੁਤ ਕਾਲਾਂ ਆਈਆਂ ਇਸ ਇਸ਼ੂ 'ਤੇ ਕਿ ਮੈਂਡੇਟੋਰੀ ਕਾਹਤੇ ਨਹੀਂ ਕਰਦੇ ਮਾਸਕ ਸੋ ਹੁਣ ਜਿਹੜੇ ਮਾਸਕ ਆ ਮੈਂਡੇਟੋਰੀ ਹੋ ਜੂਗੇ ਜਿਹੜਾ ਬਾਏ ਲਾਅ ਹੋਣਾ ਅਕਤੂਬਰ 1 ਤਰੀਕ ਤੱਕ ਹੋਊਗਾ ਐਂਡ ਉਹਦੇ ਵਿੱਚ ਓਬਵੀਅਸਲੀ ਫਾਈਨਸ ਵੀ ਹੋ ਗਏ ਸੋ ਇਹੀ ਬੇਨਤੀ ਕਰੂੰਗੇ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਆਪਣਾ ਮਾਸਕ ਪ੍ਰੋਪਰ PPE ਦੇ ਨਾਲ ਜਾਓ ਜਦੋਂ ਤੁਸੀਂ ਵਾਕ ਲਈ ਜਾਂਦੇ ਆ ਤੁਹਾਨੂੰ ਉਦੋਂ ਲੋੜ ਨਹੀਂ ਹੁੰਦੀ ਐਕਚੁਲੀ ਜਿਹੜੇ ਬਜ਼ੁਰਗ ਆ ਖਾਸ ਕਰਕੇ ਉਹਨਾਂ ਨੂੰ ਕਈ ਵਾਰੀ ਸਾਹ ਦੀ ਪ੍ਰੋਬਲਮ ਆ ਸਕਦੀ ਹੈ ਸੋ ਜੇ ਤੁਹਾਨੂੰ ਨਹੀਂ ਆਉਂਦੀ ਸਾਹ ਦੀ ਪ੍ਰੋਬਲਮ ਨੋ ਪ੍ਰੋਬਲਮ ਪਰ ਥੋੜ੍ਹੇ ਜਿਹੇ ਤੁਹਾਨੂੰ ਆਪਣੀ ਹੈਲਥ ਦਾ ਜ਼ਿਆਦਾ ਪਤਾ ਪਰ ਇਹ ਗੱਲ ਜ਼ਰੂਰ ਖਿਆਲ ਰੱਖਿਓ ਕਿ ਜਿਨ੍ਹਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਆ ਉਦੋਂ ਵਾਕ ਕਰਨ ਲੱਗੇ ਮਾਸਕ ਵਗੈਰਾ ਤੋਂ ਪਰਹੇਜ਼ ਕੀਤਾ ਤੇ ਹੀਟ ਦੇ ਨਾਲ ਰਾਈਟ ਪ੍ਰੋਬਲਮ ਆ ਸਕਦੀ ਸੋ ਹੁਣ ਇੱਕ ਗੱਲ ਕਲੀਅਰ ਹੋ ਗਈ ਕਿ ਮਾਲਸ ਹੋ ਗਏ ਗਰੋਸਰੀ ਸਟੋਰ ਹੋ ਗਏ ਜਾਂ ਕੋਈ ਵੀ ਇਨਡੋਰ ਸਟੋਰ ਆ ਤੁਸੀਂ ਮਾਸਕ ਲਾਉਣਾ ਜਿਹੜਾ ਮੈਂਡੇਟਰੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੀ ਬ੍ਰੈਂਪਟਨ ਟ੍ਰਾਂਸਿਟ ਦੀ ਤਾਂ ਟ੍ਰਾਂਸਿਟ ਦੇ ਵਿੱਚ ਵੀ ਮਾਸਕ ਲਗਾਉਣਾ ਜ਼ਰੂਰੀ ਹੈ ਜਾਂ ਕੋਈ ਟੈਕਸੀ ਦੀ ਗੱਲ ਕਰੀਏ ਜਾਂ ਉਹਨਾਂ ਦੇ ਵਿੱਚ ਵੀ ਟੈਕਸੀ ਦਾ ਹਾਲੇ ਕੋਈ ਉੱਥੇ ਚਰਚਾ ਨਹੀਂ ਚੱਲੀ ਉਹਨਾਂ ਦੇ ਆਪਣੇ ਮੈਨੂੰ ਪਤਾ ਹਰੇਕ ਕੰਪਨੀ ਆਪਣੇ ਦੇ ਟੈਕਨੀਕਸ ਆ ਹਰੇਕ ਹੀ ਡਰਾਈਵਰ ਦਾ ਐਵਰੀ ਰਾਈਡ ਤੋਂ ਬਾਅਦ ਸੈਨੇਟਾਈਜ਼ ਕਰਦੇ ਆ ਬਟ ਜਿਹੜੇ ਆਹ ਬੱਸਿਸ ਆ ਇਹਦੇ ਵਿੱਚ ਮੈਂਡੇਟਰੀ ਹੋਊਗਾ ਮੈਨੂੰ ਲੱਗਦਾ ਸ਼ੁਰੂ ਹੋ ਗਿਆ July 1st ਉਹ ਸ਼ੁਰੂ ਹੋਣਾ ਸੀਗਾ ਬਾਏ ਲਾਅ ਐਂਡ ਉਹਦੇ 'ਤੇ ਆਪਾਂ ਮੈਂਡੇਟਰੀ ਕਰਤਾ ਜਿਹੜੇ ਬੱਸ ਸਰਵਿਸ ਆਪਾਂ ਰੋਕ ਨਹੀਂ ਸਕਦੇ ਕਾਫੀ ਲੋਕ ਜਿਹੜੇ ਆ ਇਹਦੇ 'ਤੇ ਰਿਲਾਈ ਕਰਦੇ ਆ ਅਤੇ ਬੱਸ ਸਿਸਟਮ ਵੀ ਸਾਡਾ ਜੇ ਆਪਾਂ ਦੇਖੀਏ ਇਨਵਾਇਰਮੈਂਟ ਵੱਲ ਜੇ ਹੋਰ ਇਸ਼ੂਜ਼ ਵੱਲ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਆਪਾਂ
ਬੰਦ ਨਹੀਂ ਕੀਤਾ ਪਰ ਮਾਸਕ ਜਿਹੜੇ ਮੈਂਡੇਟਰੀ ਹੋ ਗਏ ਸੋ ਡਰਾਈਵੇ ਦੀ ਗੱਲ ਕਰੀਏ ਡਰਾਈਵੇ ਪਾਰਕਿੰਗ ਦੀ ਜਿਹੜਾ ਆਪਾਂ ਮੁੱਦਾ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਉਹਦੇ ਉੱਪਰ ਤੁਸੀਂ ਕੁਝ ਨੁਕਤੇ ਕਹਿੰਦੇ ਸੀ ਵੀ ਮੈਂ ਦੱਸਣਾ ਚਾਹੁੰਦਾ ਕਿ ਉਹ ਕੀ ਨੇ ਸੋ ਹੁਣ ਮੈਨੂੰ ਪਤਾ ਮੈਨੂੰ ਰੈਜ਼ੀਡੈਂਸ ਤੋਂ ਫੋਨ ਆਉਣ ਲੱਗ ਪਏ ਕਿ ਜਿਹੜੇ ਸਾਡੇ ਬਾਇਲਾ ਅਫਸਰ ਦਾ ਟਿਕਟਾਂ ਦੇਣ ਲੱਗ ਪਏ ਇਹਦੇ ਵਿੱਚ ਮੈਂ ਹੱਕ 'ਚ ਨਹੀਂ ਸੀਗਾ ਬਟ ਸਾਡੇ ਕੌਂਸਲ ਜਿਹੜੀ ਆ ਉਹਦੇ ਵਿੱਚ 10 ਮੈਂਬਰ ਆ ਪਲੱਸ ਇੱਕ ਮੇਅਰ ਆ ਸੋ ਸਾਰਿਆਂ ਦੇ ਕਹਿ ਲਓ ਸਲਾਹ ਦੇ ਨਾਲ ਜਾਣਾ ਪੈਂਦਾ ਆ ਡਰਾਈਵੇ ਦਾ ਇਸ਼ੂ ਇਹ ਬਣ ਜਾਂਦਾ ਜੇ ਹਰੇਕ ਇਨਸਾਨ ਇੱਕ ਹਰੇਕ ਰੈਜ਼ੀਡੈਂਟ ਆਪਣੇ ਘਰ ਦਾ ਡਰਾਈਵੇ ਐਕਸਪੈਂਡ ਕਰਨ ਲੱਗ ਪੈਣ ਉਹ ਫਿਰ ਸਾਰਾ ਪਾਣੀ ਜਿਹੜਾ ਆ ਸਾਡੇ ਵਾਟਰ ਸਿਸਟਮ ਦੇ ਵਿੱਚ ਚੱਲ ਜਾਂਦਾ ਐਂਡ ਉਹ ਵਾਟਰ ਸਿਸਟਮ ਇਸ ਲਈ ਨਹੀਂ ਬਣਿਆ ਕਿ ਉੱਥੇ ਸਾਰੀ ਕੌਂਕਰੀਟ ਹੋਵੇ ਇਸ ਤੋਂ ਇਲਾਵਾ ਮੈਂ ਕੋਸ਼ਿਸ਼ ਕਰ ਰਿਹਾ ਸੋ ਇਹਦੇ 'ਤੇ ਮੈਂ ਵਰਕ ਕਰ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਜੇ ਮੈਂ ਸਟਾਫ ਕੋਲ ਰਿਪੋਰਟ ਵੀ ਮੰਗੀ ਆ ਕਿ ਜੇ ਆਪਾਂ ਜੇ ਐਨੂਅਲ ਫੀ ਆਪਾਂ ਚਾਰਜ ਕਰ ਸਕਦੇ ਜਿਹੜੇ ਵਾਇਲੇਸ਼ਨ ਦੇ ਵਿੱਚ ਆ ਫਿਰ ਉਹਨਾਂ ਨੂੰ ਪਠਣਾ ਨਾ ਪਵੇ ਕਰਕੇ ਦੁੱਖ ਮੈਨੂੰ ਵੀ ਲੱਗਦਾ ਆ ਜਦੋਂ ਰੈਜ਼ੀਡੈਂਸ ਕਰ ਦਿੰਦੇ ਸਰ ਉਹਨਾਂ ਦਾ ਡਰਾਈਵ ਐਕਸਪੈਂਸ ਉਹਨਾਂ ਨੂੰ ਪਟਣਾ ਪੈਂਦਾ ਆ ਸੋ ਮੈਂ ਇਹ ਸਲਾਹ ਦਿੱਤੀ ਆ ਅਤੇ ਮੇਰੀ ਜਿਹੜੀ ਗੱਲਬਾਤ ਹੋਈ ਰੈਜ਼ੀਡੈਂਸ ਦੇ ਨਾਲ ਉਹ ਕਾਫੀ ਕਹਿੰਦੇ ਖੁਸ਼ ਹੋ ਕੇ ਆਪਾਂ ਦਊਂਗੇ ਜੇ ਆਪਾਂ ਰੱਖ ਸਕਦੇ ਹਾਂ ਐਕਸਟਰਾ ਪਾਰਕਿੰਗ ਸਪਾਟ ਸੋ ਨਹੀਂ ਇਹਦੇ ਵਿੱਚ ਇਸ਼ੂ ਕੀ ਬਣਿਆ ਮੁੱਦਾ ਕੀ ਆਇਆ ਕਿ ਜਿਹੜੇ ਜਿਹਨਾਂ ਨੇ ਆਪਣਾ ਡਰਾਈਵ ਐਕਸਪੈਂਡ ਕੀਤਾ ਹੋਇਆ ਅਲੀਗਲੀ ਜਿਹੜਾ ਸੋ ਇੱਕ ਤਾਂ ਲੀਗਲ ਅਮਾਊਂਟ ਹੁੰਦਾ ਆ ਉਹ ਸਾਡੇ ਵੈਬਸਾਈਟ 'ਤੇ ਮਿਲ ਸਕਦਾ ਉਹ ਤੋਂ ਲੀਗਲ ਅਮਾਊਂਟ ਵੀ ਆ ਅਤੇ ਇਲੀਗਲ ਹਨਾ ਅਤੇ ਫਿਰ ਉਹ ਸਿਟੀ ਕੈਰੀ ਤੁਹਾਨੂੰ ਪਟਣਾ ਪਊਗਾ ਥੋੜ੍ਹਾ ਜਿਹਾ ਜਾ ਕੀ ਜ਼ਿਆਦਾ ਤਾਂ ਕੀਤਾ ਹੁੰਦਾ ਤੁਹਾਨੂੰ ਵੀ ਪਤਾ ਪਾਰਕਿੰਗ ਇੱਕ ਹੋਰ ਗੱਡੀ ਆ ਜਾਵੇ ਸਿੱਧੀ ਗੱਲ ਲਾਈਕ ਸਾਨੂੰ ਵੀ ਪਤਾ ਆ ਕੋਈ ਲਕੋਣੇ ਵਾਲੀ ਗੱਲ ਆਇਆ ਨਹੀਂ ਸਾਨੂੰ ਸੋ ਅਗਰ ਜੇ ਡਰਾਈਵੇ ਦੇ ਵਿੱਚ ਜਿਵੇਂ ਉਹਨੇ ਕੰਕਰੀਟ ਪਾ ਕੇ ਐਕਸਪੈਂਡ ਕੀਤਾ ਇਹ ਤਾਂ ਮੰਨਿਆ ਕਿ ਇਲੀਗਲ ਤਰੀਕੇ ਦੇ ਨਾਲ ਕੀਤਾ ਹੋਇਆ ਜੇ ਕਿਸੇ ਨੇ ਸਟੋਨ ਵਗੈਰਾ ਦਾ ਕੰਮ ਕੀਤਾ ਜਾਂ ਜਿਹਨੂੰ ਆਪਾਂ ਲੈਂਡਸਕੇਪਿੰਗ ਕਹਿੰਦੇ ਹਾਂ ਜਾਂ ਸਲੈਬਸ ਰੱਖੀਆਂ ਹੋਈਆਂ ਤਾਂ ਕੀ ਉਹ ਵੀ ਫਿਰ ਸਿਟੀ ਉਹਦੇ ਲਈ ਵੀ ਇਸ਼ੂ ਕਰਦੇ ਆ ਤੇ ਵਨ ਅ ਗਾਰਡਨ ਜਾਂ ਜਿੱਥੇ ਡਰਟ ਸੋ ਪਾਣੀ ਜਿਹੜਾ ਆ ਉਹ ਵਿੱਚ ਜਾ ਸਕਦਾ ਆ ਰਾਈਟ ਜੀ ਤੇ ਉਹ ਸਲੈਬਸ ਦੇ ਵਿੱਚ ਜਾ ਸਕਦਾ ਯਾ ਨਾ ਪ੍ਰੋਪਰਲੀ ਇੱਕ ਹੁੰਦੇ ਆ ਪਰਮੀਏਬਲ ਉਹਨੂੰ ਕਹਿੰਦੇ ਆ ਉਹਦੇ ਵਿੱਚ ਜਾ ਸਕਦਾ ਹੈ ਸੋ ਆਪਾਂ ਇਹਦੇ ਤੇ ਵਰਕ ਕਰ ਰਹੇ ਆ ਕਰਕੇ ਮੈਂ ਵੀ ਐਕਚੁਅਲੀ ਇਹ ਕਿਹਾ ਆ ਕਿ ਜੇ ਉਹਨੀ ਉਹ ਇੱਕ ਹੁੰਦਾ ਲਾਈਕ ਮੈਨੂੰ ਜ਼ਿਆਦਾ ਨਹੀਂ ਟੈਕਨੀਕਲੀ ਪਤਾ ਪਰ ਜਿੱਥੇ ਤੱਕ ਮੈਂ ਰਿਸਰਚ ਕੀਤੀ ਆ ਕਈ ਸਰਫੇਸਿਸ ਹੁੰਦੇ ਆ ਜਿਸ ਵਿੱਚ ਪਾਣੀ ਜਾ ਸਕਦਾ ਆ ਖਾਸ ਕਰਕੇ ਅੱਜ ਕੱਲ੍ਹ ਟੈਕਨੋਲੋਜੀ ਦੇ ਨਾਲ ਇਹ ਬਣਾਏ ਗਏ ਆ ਸੋ ਇਸ ਕਰਕੇ ਉਹ ਮੇਰੇ ਹਿਸਾਬ ਨਾਲ ਅਲਾਊਡ ਹੋਣੇ ਚਾਹੀਦੇ ਆ ਪਰ ਆਪਾਂ ਸਟਾਫ ਦੀ ਰਿਪੋਰਟ 'ਤੇ ਵੇਟ ਕਰਦੇ ਹਾਂ ਕਰਕੇ ਉਹਨੀ ਪ੍ਰੋਪਰ ਰਿਸਰਚ ਕਰਨੀ ਕਾਨੂੰਨ ਦੇ ਹਿਸਾਬ ਨਾਲ ਆਉਣੀ ਆਉਣਾ ਅਤੇ ਮੈਂ ਕੋਸ਼ਿਸ਼ ਕਰ ਰਿਹਾ ਸਾਡੇ ਰੈਜ਼ੀਡੈਂਸੀ ਇੱਦਾਂ ਦਾ ਕੋਈ ਪ੍ਰੋਗਰਾਮ ਲੈ ਕੇ ਆਉਣਾ ਫਿਰ ਸਾਨੂੰ ਪਟਣੇ ਨਾ ਪਾਉਣ ਕਰਕੇ ਚਲੋ ਆਪਾਂ ਆਨੈਸਟਲੀ ਗੱਲ ਕਰਦੇ ਹਾਂ ਇਸ ਸ਼ੋਅ 'ਤੇ ਸਾਨੂੰ ਪਤਾ ਹੈ ਜੇ ਤੁਸੀਂ ਸਾਡੇ ਵਾਰਡ ਦੇ ਵਿੱਚ ਹੀ ਦੇਖੋ ਮੈਂ ਕਹੂੰਗਾ 70-80% ਨੇ ਮੈਂ ਨਹੀਂ ਚਾਹੁੰਦਾ ਓਬਵੀਅਸਲੀ ਨਾ ਸਾਡੇ ਰੈਜ਼ੀਡੈਂਟਸ ਚਾਹੁੰਦੇ ਆ ਕਿ ਸਾਰੇ ਪੱਟਣ ਲੱਗ ਪੈਣ ਜਾਂ ਆਪਾਂ ਫੋਰਸ ਕਰੀਏ ਸਾਨੂੰ ਜਿਹੜੇ ਬਣੇ ਹੋਏ ਆ ਘੱਟੋ ਘੱਟ ਉਹਨਾਂ ਨੂੰ ਪਰਮਿਸ਼ਨ ਮਿਲ ਜਾਏ ਕਿ ਤੁਸੀਂ ਰੱਖ ਲਓ ਪਰ ਫਿਰ ਵੀ ਨਹੀਂ ਫੇਅਰ ਹੁੰਦਾ ਜੇ ਹੁਣ ਉਸੇ ਸਟਰੀਟ 'ਤੇ ਦੋ ਹੋਰ ਬੰਦੇ ਰਹਿੰਦੇ ਆ ਹੁਣ ਫਿਰ ਜੇ ਆਪਾਂ ਕਰਨਾ ਜੇ ਕੁਛ ਲੈ ਕੇ ਆਉਣਾ ਆਪਾਂ ਸਾਰਿਆਂ ਲਈ ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ ਸੋ ਅੱਗੇ ਇੱਕ ਪੁਲਿਸ ਨਾਲ ਰਿਲੇਟਡ ਮੇਰਾ ਜਿਹੜਾ ਮੁੱਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਬਹੁਤ ਵੱਡੇ ਐਕਸੀਡੈਂਟ ਹੋਇਆ ਕੱਲ੍ਹ ਵੀ ਮੈਂ ਇੱਕ ਮਹਿਮਾਨ ਆਏ ਸੀ ਉਹਨਾਂ ਨਾਲ ਵੀ ਡਿਸਕਸ ਕੀਤਾ ਔਰ ਪਿਛਲੇ ਦਿਨੀ ਇੱਕ ਸੂਬੇਦਾਰ ਨਾਮ ਦੀ ਨੰਬਰ ਪਲੇਟ ਨਾਮ ਦਾ ਜਿਹੜਾ ਇੱਕ ਬੰਦਾ ਉਹ ਗੱਡੀ ਦੀਆਂ ਚੀਕਾਂ ਕਢਾ ਰਿਹਾ ਔਰ ਇੰਨੀ ਜ਼ਿਆਦਾ ਜ਼ੋਰ ਦੇ ਨਾਲ ਟਾਇਰ ਘੁਮਾਏ ਜਾਂਦੇ ਆ ਰੇਸ ਦੇ ਕੇ ਕਿ ਰੋਡ ਦੇ ਵਿੱਚੋਂ ਡਲੀਆਂ ਜਿਹੜੀਆਂ ਜਾਂ ਰੋਡ ਪੱਟਿਆ ਜਾਂਦਾ ਔਰ ਬਹੁਤ ਮਜ਼ਬੂਤ ਰੋਡ ਆ ਸਾਡੇ ਇੱਥੋਂ ਦੇ ਪਰ ਉਹਦੇ ਲਈ ਪੁਲਿਸ ਕਿਸ ਤਰ੍ਹਾਂ ਦੇ ਕਦਮ ਉਠਾ ਰਹੀ ਹੈ ਸੋ ਜਿਹੜੀ ਪੁਲਿਸ ਆ ਓਬਵੀਅਸਲੀ ਜਿਹੜੀ ਪਹਿਲਾਂ ਜੇ ਆਪਾਂ ਸ਼ੁਰੂ ਕਰੀਏ ਜਿਹੜੀ ਡੈਥ ਹੋਇਆ ਜਿਹੜਾ ਕੈਲਡਨ ਦਾ ਪਰਿਵਾਰ ਆ ਉੱਥੇ ਮੈਨੂੰ ਲੱਗਦਾ ਇੱਕ ਸ਼ੌਕ ਜਿਹਾ ਆ ਗਿਆ ਸਾਰੇ ਨੂੰ ਪੁਲਿਸ ਦੇ ਵਿੱਚ ਸਿਰੀ ਔਰ ਹਿਲਾ ਕੇ ਰੱਖਤਾ ਸੀ ਯਾ ਐਂਡ ਬਹੁਤ ਅਫਸੋਸ ਵਾਲੀ ਗੱਲ ਆ ਅਫਸੋਸ ਸਟਰੋਂਗ ਇਨਫ ਵਰਡ ਨਹੀਂ ਹੈਗਾ ਇੰਗਲਿਸ਼ ਦੇ ਵਿੱਚ ਜਿੱਦਾਂ ਜੋ ਸਾਨੂੰ ਫੀਲ ਹੋਇਆ ਦਰਦ ਮਹਿਸੂਸ ਕੀਤਾ ਸਾਰਿਆਂ ਨੇ ਸਿਰਫ ਇਲੈਕਟਿਡ ਅਫੀਸ਼ਲਸ ਨਹੀਂ ਮੈਂ ਉੱਥੇ ਬਹੁਤ ਪਰਿਵਾਰਾਂ ਨੂੰ ਦੇਖਿਆ ਕਾਫੀ ਇਮੋਸ਼ਨਲ ਹੋਏ ਉਹ ਰੋਂਦੇ ਸੀਗੇ ਉਹਦੇ ਮੈਨੂੰ ਲੱਗਦਾ ਸਾਰੇ ਵੇਕਅਪ ਹੋ ਗਏ ਥੋੜ੍ਹੇ ਜਿਹਾ ਕਿ ਯੂ ਨੋ ਇਹਦੇ 'ਤੇ ਕੁਛ ਹੋਰ ਅਗਰੈਸਿਵ ਹੋਣਾ ਪਊਗਾ ਸੋ ਜਿਹੜੇ ਆਪਾਂ ਗੱਲ ਕਰਦੇ ਸੂਬੇਦਾਰ ਵੀਡੀਓ ਦੀ ਓਬਵੀਅਸਲੀ ਉਹਦੇ ਚਾਰਜਿਸ ਲੇਟ ਹੋ ਗਏ ਉਹ ਪ੍ਰੈਸ ਰਿਲੀਜ਼ ਵੀ ਨਿਕਲੀ ਕਈ ਵਾਰੀ ਜਿਹੜੇ ਰੈਜ਼ੀਡੈਂਟਸ ਆ ਉਹ ਕਹਿੰਦੇ ਆ ਉਹ ਤੁਸੀਂ ਕੁਛ ਕਰੋ ਰਾਈਟ ਨਾਓ ਵੀਡੀਓ ਆ ਗਈ ਹੈ ਨਾ ਪਰ
जिस ढंग दे नाल पुलिस काम करदी उन्हें प्रॉपर ड्यू डिलीजेंस करना उन्हें इन्वेस्टिगेशन स्ट्रोंग करनी है उन्हें इस हिसाब दे नाल इन्वेस्टिगेशन करनी है कि जे जदों ये कोर्ट विच जाओगी ये आपां इन्हों डिफेंड कर सकते ते चार्जेस जिहड़े आ ओह स्टिक हो गए ओह पौगे साडे ओह ड्राइवर ते सो उन्हें प्रॉपर तरीके दे नाल सारा कुछ करना ते उन्हें दिखा के कीता भी आ मैं होर भी दस सकदा ऑब्वियसली एक कल ही अनाउंसमेंट आई आ कि रोड सेफ्टी सर्विसिज जिहड़ी आ साडे पुलिस दी रोड सेफ्टी आ ਉਹ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਪ੍ਰੋਜੈਕਟ ਨੋਇਜ਼ ਮੇਕਰ ਅੱਛਾ ਹਾਂ ਉਹ ਮਫਲਰਸ ਤੇ ਫੋਕਸ ਹੋਣਾ ਅੱਛਾ ਤੁਸੀਂ ਮੈਂ ਉਸੇ ਤੇ ਵੀ ਆਉਣ ਲੱਗਿਆ ਸੀ ਔਰ ਇੰਨੀ ਜ਼ਿਆਦਾ ਆਵਾਜ਼ ਹੈ ਨੋਇਜ਼ ਪੋਲੂਸ਼ਨ ਜਿਹਨੂੰ ਕਹਿੰਦੇ ਆ ਬਹੁਤ ਜ਼ਿਆਦਾ ਆਵਾਜ਼ ਹੈ ਰਾਤ ਨੂੰ ਤੁਸੀਂ ਜੇ ਕਿਸੇ ਦਾ ਘਰ ਰੋਡ ਦੇ ਉੱਪਰ ਹੈ ਨਾ ਰੋਡ ਦੇ ਕੋਲੇ ਨਜ਼ਦੀਕ ਹੈ ਉਹ ਰਾਤ ਨੂੰ ਸੌ ਨਹੀਂ ਸਕਦੇ ਇੰਨੀ ਜ਼ਿਆਦਾ ਆਵਾਜ਼ ਹੁੰਦੀ ਹੈ ਤੁਸੀਂ ਬਾਈਕਸ ਦੀ ਗੱਲ ਕਰੀਏ ਮੋਟਰ ਬਾਈਕ ਦੀ ਗੱਲ ਕਰੀਏ ਕਾਰਾਂ ਦੀ ਗੱਲ ਕਰੀਏ ਸਪੈਸ਼ਲੀ ਉਹ ਆਪਣੇ ਮਫਲਰ ਨਿਕਲਵਾ ਕੇ ਜਾਂ ਜਿਵੇਂ ਬਰਨ ਆਊਟ ਕਰਦੇ ਆ ਔਰ ਬੰਦੇ ਨੂੰ ਜੇ ਆਪਾਂ ਤੁਸੀਂ ਵੀ ਦੇਖਿਆ ਹੋਣਾ ਵਾਕ ਕਰਨ ਜਾ ਰਹੇ ਹਾਂ ਪਿੱਛੋਂ ਨਾਲ ਦੀ ਕੋਈ ਗੱਡੀ ਲੰਘਦੀ ਹੈ ਬਰਨ ਆਊਟ ਕਰਦੇ ਆ ਔਰ ਇੱਕਦਮ ਹਿਲ ਕੇ ਰਹਿ ਜਾਂਦਾ ਬੰਦਾ ਔਰ ਜਿਹਦੇ ਨਾਲ ਬੱਚੇ ਡਰਦੇ ਵੀ ਹੈ ਬੱਚਿਆਂ ਨੂੰ ਡਰ ਵੀ ਲੱਗਦਾ ਹੈ ਜੇ ਕੋਈ ਪ੍ਰੈਗਨੈਂਟ ਲੇਡੀ ਆ ਤਾਂ ਉਹਦੇ ਲਈ ਵੀ ਉਹ ਗਲਤ ਚੀਜ਼ ਹੈ ਤਾਂ ਉਹਦੇ ਲਈ ਇਹ ਬਹੁਤ ਅੱਛਾ ਤੁਸੀਂ ਬਿਲਕੁਲ ਐਂਡ ਜਿਹੜੀ ਉਹ ਪ੍ਰੈਸ ਰਿਲੀਸ ਸਾਰੇ ਪੜ੍ਹ ਸਕਦੇ ਆ ਵੈਬਸਾਈਟ ਤੇ ਆਬਵੀਅਸਲੀ ਨਹੀਂ ਦੱਸਣਾ ਨਹੀਂ ਉਹ ਕਿੱਦਾਂ ਉਹ ਉਹਨੇ ਇਹ ਪ੍ਰੋਜੈਕਟ ਕਰਨਾ ਕਰਕੇ ਉਹ ਚਾਹੁੰਦੇ ਨਹੀਂ ਪਤਾ ਲੱਗੇ ਖਾਸ ਕਰਕੇ ਜਿਹੜੇ ਇਹਨਾਂ ਕੋਲ ਮਫਲਰ ਆ ਬਟ ਕਾਫੀ ਅਗਰੈਸਿਵ ਹੋਣਾ ਇਹਨੇ ਨੰਬਰ ਵੀ ਦਿੱਤਾ ਆ 905-453-311 ਉਸ ਵਿੱਚ ਤੁਸੀਂ ਕੰਪਲੇਂਟ ਦੇ ਸਕਦੇ ਹਾਂ ਜੇ ਤੁਹਾਨੂੰ ਪਤਾ ਕਿਸੇ ਦਾ ਜਿਹੜੀ ਸਭ ਤੋਂ ਵਧੀਆ ਨੌਲੇਜ ਮਿਲਦੀ ਆ ਭਾਵੇਂ ਪੁਲਿਸ ਨੂੰ ਆ ਭਾਵੇਂ ਸਾਨੂੰ ਉਹ ਰੈਜ਼ੀਡੈਂਟਸ ਥਰੂ ਆ ਔਰ ਤੁਸੀਂ ਕਾਲ ਕਰ ਸਕਦੇ ਆ ਤੇ ਆਈ ਨੋ ਆਪਾਂ ਕਈ ਵਾਰੀ ਰੇਡੀਓਸ ਤੇ ਕਾਲ ਇਨ ਕਰ ਲੈਂਦੇ ਜਾਂ ਟੀਵੀ ਪਰ ਆਪਾਂ ਮੇਕ ਸ਼ੋਰ ਕਰੀਏ ਨਾਲ ਦੀ ਨਾਲ ਆਪਾਂ ਪੁਲਿਸ ਨੂੰ ਦੱਸ ਰਹੇ ਹਾਂ ਇਨਫੋਰਮੇਸ਼ਨ ਜਾਂ ਤੁਸੀਂ ਮੈਨੂੰ ਭੇਜ ਸਕਦੇ ਆਪਾਂ ਵੀ ਅੱਗੇ ਫੋਰਵਰਡ ਕਰੋਗੇ ਜੀ ਸੋ ਇੱਕ ਵਾਰੀ ਫਿਰ ਤੁਸੀਂ ਨੰਬਰ ਨੋਟ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਬਹੁਤ ਸਾਰਾ ਨੋਇਜ਼ ਪੋਲੂਸ਼ਨ ਹੈ ਚਾਹੇ ਉਹ ਗੱਡੀਆਂ ਦੀ ਗੱਲ ਕਾਰਾਂ ਦੀ ਗੱਲ ਕਰਦੇ ਹਾਂ ਕਾਰਾਂ ਦੇ ਵਿੱਚੋਂ ਮਫਲਰ ਕਢਵਾ ਕੇ ਜਿਹੜੇ ਜਿਹਨੂੰ ਅਸੀਂ ਸਾਇਲੈਂਸਰ ਕਹਿੰਦੇ ਹਾਂ ਉਹਨਾਂ ਦੀ ਆਵਾਜ਼ ਬਦਲ ਦਿੱਤੀ ਜਾਂਦੀ ਹੈ ਔਰ ਬਰਨ ਆਊਟ ਕੀਤਾ ਜਾਂਦਾ ਜਿਵੇਂ ਪਟਾਕੇ ਜੇ ਪੈਂਦੇ ਨੇ ਵੀ ਪਿਛਲੇ ਦਿਨੀ ਗਾਣੇ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਫੋਲੋ ਕੀਤਾ ਜਾ ਰਿਹਾ ਵੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਕਿਤੇ ਅੱਜ ਕੱਲ੍ਹ ਕਾਰਾਂ ਜਿਹੜੀਆਂ ਰੱਖੀਆਂ ਉਹ ਪਟਾਕੇ ਪਾਉਣ ਨੂੰ ਹੈ ਜੇ ਕੋਈ ਇਸ ਤਰ੍ਹਾਂ ਦਾ ਕੋਈ ਪਟਾਕੇ ਪਾਉਂਦਾ ਤੁਹਾਨੂੰ ਨਜ਼ਰ ਆ ਰਿਹਾ ਜਾਂ ਕੋਈ ਮੋਟਰ ਬਾਈਕ 'ਤੇ ਕੋਈ ਤੁਹਾਨੂੰ ਲੱਗਦਾ ਵੀ ਨੋਇਸੀ ਬਹੁਤ ਜ਼ਿਆਦਾ ਜਿਹੜੀ ਖੜਕੇ ਵਾਲੀ ਗੱਲ ਹੋ ਰਹੀ ਹੈ ਤਾਂ ਤੁਸੀਂ ਉਹ ਨੰਬਰ ਹੈ ਜਿਹੜਾ ਇੱਕ ਵਾਰੀ ਹਰਕੀਤ ਸਿੰਘ ਬੋਲ ਦੇਣਗੇ ਉਹ ਨੋਟ ਕਰ ਲਓ ਤੁਸੀਂ ਉਸ ਨੰਬਰ 'ਤੇ ਤੁਸੀਂ ਉਹ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ ਜਾਂ ਤੁਸੀਂ ਹਰਕੀਤ ਸਿੰਘ ਹੋਰਾਂ ਨੂੰ ਵੀ ਤੁਸੀਂ ਕਾਲ ਕਰਕੇ ਦੱਸ ਸਕਦੇ ਹਾਂ ਇਹ ਤੁਹਾਡਾ ਸ਼ਿਕਾਇਤ ਹੈ ਜਿਹੜੀ ਅੱਗੇ ਫਾਰਵਰਡ ਕਰ ਦੇਣਗੇ ਜੀ ਇੱਕ ਵਾਰ ਨੰਬਰ ਤੁਸੀਂ ਅਨਾਊਂਸ ਕਰੋ ਯਾ ਉਹ ਨੰਬਰ ਹੈਗਾ 905-453-3311 ਜਾਂ ਤੁਸੀਂ ਸਾਨੂੰ ਜਦੋਂ ਮਰਜ਼ੀ ਮੈਨੂੰ ਬਹੁਤ ਵਟਸਐਪ ਵੀਡੀਓਜ਼ ਆਉਂਦੀਆਂ ਮੈਂ ਜਦੀ ਪੁਲਿਸ ਨੂੰ ਭੇਜ ਦਿੰਦਾ ਮੇਰਾ ਨੰਬਰ ਹੈਗਾ 647-209-8000 ਤੁਸੀਂ ਜੇ ਕਾਲ ਨਹੀਂ ਕਰਨਾ ਚਾਹੁੰਦੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਮੈਂ ਆਪੇ ਉਹਦਾ ਹੈਂਡਲ ਕਰ ਦੂੰਗਾ ਜੀ ਇੱਕ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਸਵਾਗਤ ਹੈ ਜੀ ਆਪਣੀ ਨੰਬਰਿੰਗ ਚੱਲ ਰਹੀ ਹੁੰਦੀ ਆ ਨਾਲ ਲਾਈਟਾਂ ਦੇ ਨਾ ਡਾਊਨ ਹੋ ਰਹੀ ਹੁੰਦੀ ਆ ਜਦੋਂ ਜੀਰੋ ਤੋਂ ਆਉਣ ਤੋਂ ਬਾਅਦ ਉਹਦੇ ਕੁਛ ਥਾਵਾਂ ਤੇ ਤਾਂ ਜੈਲੋ ਨਾਲ ਹੀ ਹੋ ਜਾਂਦਾ ਕਈ ਵਾਰੀ ਉਹ ਗ੍ਰੀਨ ਹੀ ਰਹਿੰਦੀ ਆ ਸੋਲਿਡ ਕੁਛ ਸੈਕਿੰਡ ਬਾਅਦ ਜਾ ਕੇ ਫਿਰ ਜੈਲੋ ਹੁੰਦੀ ਆ ਕਿ ਉਹ ਜਿਹੜੀ ਚੀਜ਼ ਉਹ ਨੰਬਰਿੰਗ ਦੇ ਨਾਲ ਹੀ ਜੈਲੋ ਹੋਣੀ ਚਾਹੀਦੀ ਹੈ ਨਾ ਕਈ ਵਾਰੀ ਅਸੀਂ ਖੁਦ ਵੀ ਜਾਂ ਕੋਈ ਨਵਾਂ ਬੰਦਾ ਡਬਲ ਮਾਈਂਡਡ ਹੋ ਜਾਂਦਾ ਉਹ ਨੰਬਰਿੰਗ ਨੂੰ ਦੇਖ ਕੇ ਹੁਣ ਮੈਂ ਰੁਕਾ ਜਾਂ ਨਿਕਲਾ ਕਿਉਂਕਿ ਉਹ ਨੰਬਰਿੰਗ ਚੱਲੀ ਜਾਂਦੀ ਆ ਲਾਈਟਾਂ ਗ੍ਰੀਨ ਹੁੰਦੀਆਂ ਕਈ ਵਾਰੀ ਬੰਦਾ ਡਬਲ ਮਾਈਂਡਡ ਉਹਦਾ ਬ੍ਰੇਕ ਮਾਰ ਦਿੰਦਾ ਮਗਰੋਂ ਵੀ ਬੰਦਾ ਸਪੀਡ ਨਾਲ ਆ ਉਹਦੇ ਨਾਲ ਵੀ ਕਿੰਨੇ ਹੈਪਨ ਜ਼ਿਆਦਾ ਹੁੰਦੇ ਆ ਜੀ ਤੁਸੀਂ ਇਹ ਜਿਹੜਾ ਸਵਾਲ ਪੁੱਛਿਆ ਨਾ ਇਹ ਬੜਾ ਟੈਕਨੀਕਲ ਸਵਾਲ ਹੈ ਔਰ ਹਰਕੀਰ ਸਿੰਘ ਹੋਰਾਂ ਨੂੰ ਵੀ ਇਸ ਦੀ ਨੌਲੇਜ ਹੋਏਗੀ ਔਰ ਮੈਂ ਵੀ ਉਹਦੇ ਵਿੱਚ ਇਜ਼ਾਫਾ ਕਰਾਂਗਾ ਔਰ ਤੁਸੀਂ ਆਫ ਦੀ ਏਅਰ ਸੁਣ ਲਓ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਸ਼ਸ਼ੋ ਪੰਜ 'ਚ ਰਹਿੰਦਾ ਬੰਦਾ ਵੀ ਉੱਧਰੋਂ ਨੰਬਰ ਜ਼ੀਰੋ ਹੋ ਗਿਆ ਅਤੇ ਮੈਂ ਜਾਵਾਂ ਕਿ ਨਾ ਜਾਵਾਂ ਅਤੇ ਉੱਧਰੋਂ ਜਿਹੜੀ ਲਾਈਟਾਂ ਉਹ ਗ੍ਰੀਨ ਹੀ ਰਹਿੰਦੀਆਂ ਨੇ ਇਹੀ ਤੁਹਾਡਾ ਸਵਾਲ ਹੈ ਨਾ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਫ ਦੀ ਏਅਰ ਸੁਣ ਲਓ ਬਹੁਤ ਧੰਨਵਾਦ ਤੁਹਾਡਾ
जी उन्हां दा सवाल यह है कि बहुत सारिया रोड्स के उपर जो आप गल करते हैं कि वह गिनती शुरू सॉरी लोड्स के उपर रोड्स रोड्स जो आप रोड्स के उपर जाने तो जो जो वाकवे एरिया जो आप देख रहे हैं कि वह जिमें चल रहा होंगे नंबरिंग चल रही होंगी है दस सैकेंड हो गए फिर उस तो बाद नौ अठ सत उस तो बाद जीरो हो जाता जीरो होने तो बाद भी जी रेड लाइट कई बार नहीं होंगी तो बंदा कई बार आपको एक आदत पई होंगी है कि वह नंबरिंग खत्म हो ही नहीं येलो होगी तो तुसी रेडी टू गो हो जाओ तो कई रोड्स के उपर कई सड़कों के उपर इस तरह का जो नहीं देखने को मिलता वो जो एक्सीडेंट ज्यादा होने की संभावना रहती है तो आपको टेक्निकली नॉलेज है तो ठीक है नहीं तो नैक्सट टाइम आप चर्चा करना या नो मैनू ये ज्यादा टेक्निकल नॉलेज है नहीं ये एक्चुअली ट्रैफिक इंजीनियर होंगे जो टाइमिंग का देखते हैं ट्रैफिक फ्लो का देखते हैं ये मैं ऑब्वियसली जो नैक्सट टाइम आऊँगा मैं ये एड्रैस कर सकता सो ये मैं माफ़ी मांगता बट ये बारे मैं थोड़ा जहा आप जिनी क समझ ये है कि जड़ियाँ तो जो मेन इंटरसैक्शन है उन्होंने उपर टाइमिंग बिल्कुल इन बिन रही है कि जिमें हम 30 सैकेंड बाद खत्म होने तो बाद येलो लाइट होगी फिर उस तो बाद ग्रीन हो जाएगी कुछ जिहड़ियां रोड्स आ जिहड़ियां सड़कां दे उपर इन्ना ट्रैफिक नहीं हुंदा जां जिहनूं कह लो असीं मेजर इंटरसैक्शन नहीं हुंदे उन्हां उपर जिहड़ी इह नंबरिंग है इह नंबरिंग जीरो होण तों बाद वी ग्रीन लाइट नहीं हुंदी उहदा कारण इह है वी उह जिहड़ा ना बहुत सारा ट्रैफिक नहीं हुंदा और उत्थे ज्यादा गिनती जिहड़ी पेडेस्ट्रियन दी हुंदी इस करके पेडेस्ट्रियन नूं राइट दित्ता जांदा कि तुसीं लंघदे टपदे रहो सो इह मैनूं जिन्नत समझ आई है नैक्सट टाइम आपां इहदे उपर करके चर्चा करके और इंजीनियर ना गलबात करके इन्हां दा सवाल दा जवाब थैंक यू फॉर योर क्वेश्चन तुसी कोई एक मिनट लिए कुछ गल कहना चाहोगे तो फिर उस तो बाद आपां समाप्ति वल चलिए या मैं बस इन्ना ही कहना चाहुंदा हां कि हल्ले स्टिल सदा पेंडेमिक चलदा है साडे इत्थे वधिया रिजल्ट्स आए आ इस करके आए आ करके आपां सारे इकट्ठे काम कर रहे हां ते जिहड़े साडे रेजिडेंट्स आ दर्शक आ उह अपने वधिया ढंग दे नाल फॉलो कर रहे आ साडे रेगुलेशन सो प्लीज आपां इदां ही रहिए तुसी दस लोकां तों ज़्यादा तुसी इकट्ठे ना करो एंड ना दी ना सोशल डिस्टेंसिंग मास्क पावो ते आपां इहदे विचों जिहड़ा इह कह लो इह मां बीमारी आ आपां इहदे विचों स्ट्रोंगर निकलोंगे एंड तुसी अपने फैमिली नूं जरूर सेफ रखो बहुत बहुत शुक्रिया हरकीत सिंह जी स्टूडियो दे विच आके बड़ी चंगी जानकारी दित्ती और कितने कितने कुछ इस तरह के सवाल भी आए तुहानूं उह वी सवाल मैं चाहुंदा कि तुसी सिटी नाल जाके डिस्कस करो चाहे उह घरां दी गल सी ड्राइववे दा मुद्दा सी जां साइड ते जिहड़ा तुसी आप ही दस्सिया साइड जिहड़ा एक्सपैंड करन वाला मुद्दा जां घरां दे विचाले जिहड़ा 8 फुट दी जगह दा मुद्दा सी उह वी जरूर चाके तुसी गल जिहड़ी दर्शकां दी पहुंचाओ और अगले दिनों दे विच फिर तुहानूं असीं सद्दा देवांगे और मैं उम्मीद करता हां कि तुसी सानूं टाइम जरूर दिओगे थैंक यू सो शुक्रिया दर्शकों तुहाडा वी और तुसी इसे तरीके दे नाल विजन प्राइम टाइम शो देखते रहो और विजन पंजाब टीवी नूं इसे तरीके नाल प्यार देंदे रहो बहुत सारे शोज आ जिहड़े लाइव असीं करदे हां नाल दी नाल रिकॉर्डड शोज हुंदे ने फिर बहुत सारा म्यूजिक नाल मनोरंजन नाल रिलेटड वी असीं तुहाडे रूबर हुंदे रहिंदे हां और आउण वाले दिनां दे विच फिर इसे तरीके दे नाल नवें मेहमान ते नवें विषय दे नाल तुहाडे नाल रूबरू होवांगे तद तक दे लई शुक्रिया शब्बा खैर हसदे रहो जिउंदे रहो वसदे रहो